ਕਿਸਾਨ ਵੀਰੋ ਸਾਡੇ ਨਾਲ ਮੌਜੂਦ ਨੇ ਸੁਖਮੀਤ ਸਿੰਘ ਜੀ, ਜੋ ਕਿ ਇਸ ਕੰਪਨੀ ਦੇ ਰੀਜਨਲ ਬਿਜ਼ਨਸ ਹੈੱਡ ਨੇ। ਸੁਖਮੀਤ ਸਿੰਘ ਜੀ, ਕ੍ਰਿਸ਼ੀ ਹੈਲਪਲਾਈਨ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਸ਼ਾਰ ਜੀ, ਤੁਹਾਡਾ ਵੀ, ਤੁਹਾਡੀ ਸਾਰੀ ਟੀਮ ਦਾ, ਕ੍ਰਿਸ਼ੀ ਹੈਲਪਲਾਈਨ ਦਾ, ਸਾਡੀ ਕੰਪਨੀ ਵਿੱਚ ਪਹੁੰਚਣ 'ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਮੋਸਟ ਵੈਲਕਮ, ਤੁਸੀਂ ਆਏ ਹੋ। ਅੱਜ ਅਸੀਂ ਆਪਣੇ ਪ੍ਰੋਡਕਟ ਬਾਰੇ, ਜਿਹੜਾ ਸਾਡਾ ਪ੍ਰੋਡਕਟ ਹੈ ਵਿਸ਼ਾਲ 435 ਕੰਬਾਈਨ ਹੈ, ਇਹਦੇ ਕੁਛ ਐਕਸਟਰਾ ਫੀਚਰਸ ਨੇਗੇ ਜਿਹੜੇ ਦੂਸਰਿਆਂ ਨਾਲੋਂ, ਉਹਦੇ ਬਾਰੇ ਆਪਾਂ ਬਰੀਫ 'ਚ ਥੋੜ੍ਹੀ ਗੱਲ ਕਰਾਂਗੇ। ਬਿਲਕੁਲ ਜੀ ਬਿਲਕੁਲ, ਸਾਨੂੰ ਇਹ ਦੱਸੋ ਵੀ ਕਿਉਂ ਵਿਸ਼ਾਲ 435 ਨੇ ਪੂਰੇ ਇੰਡੀਆ 'ਚ ਧਮਾਕਾ ਪਾ ਰੱਖਿਆ। ਬਿਲਕੁਲ ਜੀ ਬਿਲਕੁਲ, ਦੇਖੋ ਧਮਾਕਾ ਵੀ ਇਹ, ਅਤੇ ਹੁਣ ਆਉਣ ਵਾਲੇ ਟਾਈਮ 'ਚ ਅਸੀਂ ਇਹਦੇ ਵਿੱਚ ਕੁਛ ਹੋਰ ਐਕਸਟਰਾ ਫੀਚਰਸ ਲੈ ਕੇ ਆਏਗੇ ਜਿਵੇਂ ਕਿਸਾਨ ਭਰਾਵਾਂ ਲਈ। ਜਿਵੇਂ ਸਭ ਤੋਂ ਪਹਿਲਾਂ ਆਪਾਂ ਰੀਲ ਤੋਂ ਸ਼ੁਰੂ ਕਰ ਲੈਂਦੇ ਹਾਂਗੇ, ਜਿਹੜੀ ਇਹਦੀ ਰੀਲ ਹੈ ਆਪਾਂ 6 ਪਾਈਪ ਦੇ ਵਿੱਚ ਇਹਦੀ ਰੀਲ ਦਿੰਦੇ ਹਾਂਗੇ, ਠੀਕ ਹੈ। ਦੂਸਰਾ ਇਹਦੇ ਵਿੱਚ ਕੀ ਕੀਤਾ ਆਪਾਂ ਨੇ, ਜਿਹੜੇ ਕੋਈ ਵੀ ਇਹਦਾ ਪਾਰਟਸ ਹੈਗਾ, ਮੋਸਟਲੀ ਪਾਰਟਸ ਕੀ ਹੁੰਦਾ, ਫਿਕਸ ਹੁੰਦੇ ਨੇਗੇ, ਆਪਾਂ ਸਾਰੀਆਂ ਫੋਲਡਿੰਗ ਕੀਤੀ ਹੋਈ ਆ, ਜਿੱਦਾਂ ਤੁਸੀਂ ਦੇਖ ਸਕਦੇ ਹੋਗੇ ਇੱਕ ਇੱਕ ਕੰਪੋਨੈਂਟ ਇਹਦਾ ਸਾਰਾ ਫੋਲਡਿੰਗ ਕੀਤਾ ਹੋਇਆ ਆਪਾਂ ਨੇ, ਠੀਕ ਹੈ ਜੀ। ਇਹਦੇ ਨਾਲ ਕੀ ਹੈ, ਕਦੇ ਕੋਈ ਦਿੱਕਤ ਆਉਂਦੀ ਆ ਤਾਂ ਪੂਰਾ ਰਿਪਲੇਸ ਨਹੀਂ ਕਰਨਾ ਪੈਂਦਾ ਕਿਸਾਨ ਭਰਾਵਾਂ ਨੂੰ, ਉਹਨਾਂ ਦੇ ਖਰਚੇ ਬੜੇ ਘੱਟ ਜਾਂਦੇ ਨੇ ਇਹਨਾਂ ਚੀਜ਼ਾਂ ਦੇ ਨਾਲ। ਫਿਰ ਆਹ ਦੇਖੋ ਤੁਸੀਂ, ਇੱਕ ਮੇਨ ਚੀਜ਼ ਹੋਰ ਦਿਖਾਉਂਦਾ ਮੈਂ ਤੁਹਾਨੂੰ, ਆ ਜਾਓ ਫਰੰਟ ਔਗਰ ਹੈ ਜਿਹੜਾ, ਇਹਦਾ ਆਪਾਂ ਸਭ ਤੋਂ ਵੱਡਾ ਫਰੰਟ ਔਗਰ ਦੇ ਰਹੇ ਹਾਂਗੇ। ਫਿਰ ਉਸ ਤੋਂ ਬਾਅਦ ਇਹਦੇ ਸਾਈਡ ਦੇ ਉੱਤੇ ਜਿੰਨੀਆਂ ਵੀ ਦੋਨੋਂ ਸਾਫਟਾਂ ਨੇਗੀਆਂ, ਸਾਰੀਆਂ ਸਪਲੇਨ ਸਿਸਟਮ ਵਾਲੀਆਂ ਸਾਫਟਾਂ ਪਾ ਰਹੇ ਹਾਂਗੇ ਆਪਾਂ। ਫਰੰਟ ਔਗਰ ਇਹ ਆ, ਵੱਡਾ ਫਰੰਟ ਔਗਰ ਦੇ ਰਹੇ ਹਾਂਗੇ, ਸਪਲੇਨ ਸਿਸਟਮ ਸਾਫਟਾਂ ਪੈਂਦੀਆਂ ਨੇ। ਫਿਰ ਤੁਹਾਡਾ ਰੀਲ ਦਾ ਪਾਈਪ ਆ ਜਾਏਗਾ, ਇਹ ਵੀ ਇਸੇ ਤਰ੍ਹਾਂ ਫੋਲਡਿੰਗ ਕੀਤਾ ਹੋਇਆ। ਦੇਖੋ ਇਹਦੇ ਵਿੱਚ ਵੀ ਕੀ ਆ, ਕੱਲ੍ਹ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਕਿਸਾਨ ਭਰਾ ਈਜ਼ੀਲੀ ਇਹਨੂੰ ਆਰਾਮ ਨਾਲ ਬਦਲ ਸਕਦੇ ਨੇਗੇ। ਫਿਰ ਫਿੰਗਰ ਹੋ ਗਈ ਸਾਡੀ ਆਪਣੀ, ਸਭ ਤੋਂ ਪਹਿਲਾਂ ਤਿਆਰ ਕੀਤੀ ਹੋਈ ਸਾਡੇ ਡਿਜ਼ਾਇਨ ਦੇ ਨਾਲ, ਸਭ ਤੋਂ ਪਹਿਲਾਂ ਫਿੰਗਰ ਵਿਸ਼ਾਲ ਨੇ ਤਿਆਰ ਕਰੀ ਸੀਗੀ ਇਹ, ਉਹ ਆਪਣੀ ਫਿੰਗਰ ਹੈਗੀ। ਸਾਨੂੰ ਡਿਫਰੈਂਟ ਫਿੰਗਰ ਆਪਾਂ ਲਾਉਂਦੇ ਹਾਂਗੇ, ਹੋਰ ਤੁਹਾਨੂੰ ਦਿਖਾ ਰਿਹਾ ਜੀ ਮੈਂ। ਇਹਦੇ ਵਿੱਚ ਵਧੀਆ ਕੁਆਲਿਟੀ ਦੀ ਚੈਨ ਯੂਜ਼ ਕਰਦੇ ਹਾਂ, ਸਭ ਤੋਂ ਬੈਸਟ ਕੁਆਲਿਟੀ ਦੀ ਚੈਨ ਹੈਗੀ, ਸਾਰੀਆਂ ਗਰਾਰੀਆਂ ਬਹੁਤ ਬੈਸਟ ਕੰਪਨੀ ਦੀਆਂ ਆਪਾਂ ਪਾ ਰਹੇਹਾਂਗੇ। ਫਿਰ ਇਹਨੂੰ ਸਲਿਪ ਕਲੱਚ ਦਿੱਤਾ ਹੋਇਆ, ਜਦੋਂ ਕੰਬਾਈਨ ਬਣੀ ਉਦੋਂ ਸਟਾਰਟਿੰਗ ਤੋਂ ਲੈ ਕੇ ਜਿਹੜੇ ਕਟਰ ਦੀ ਟ੍ਰੇ ਹੈ ਉਹ ਵਿਸ਼ਾਲ ਨੇ ਸਭ ਤੋਂ ਪਹਿਲੀ ਵਾਰ ਕੀਤੀ ਸੀਗੀ, ਅੱਜ ਨੂੰ ਦੇਖ ਕੇ ਸਾਰੀ ਕਾਪੀ ਕਰ ਰਹੇ ਨੇ ਜਿਹਦੇ ਟ੍ਰੇ ਦੀ ਕਰਵ ਕੀਤੀ ਹੋਈ ਇੱਥੋਂ, ਉਹ ਸਾਰੇ ਕਰ ਰਹੇ ਨੇ ਅੱਜ ਨੂੰ ਦੇਖ ਕੇ, ਦੀ ਕਾਪੀ ਕਰ ਰਹੇ ਨੇ ਸਾਰੇ। ਇਹ ਸਭ ਤੋਂ ਪਹਿਲਾਂ ਫਸਟ ਟਾਈਮ ਇੰਡੀਆ 'ਚ ਵਿਸ਼ਾਲ ਨੇ ਕੀਤੀ ਸੀਗੀ। ਫਿਰ ਤੁਹਾਡੇ ਕੋਲ ਫਿਡਰ ਆ ਜਾਏਗਾ, ਫਿਡਰ ਚੈਂਬਰ ਇਹਨੂੰ ਕਹਿੰਦੇ ਹਾਂਗੇ ਆਪਾਂ, ਇਹਦੇ ਵਿੱਚ ਮਕੈਨੀਕਲ ਜੈਕ ਵੀ ਡਬਲ ਦਿੱਤੇ ਨੇ ਅਤੇ ਹਾਈਡ੍ਰੋਲਿਕ ਜੈਕ ਵੀ ਆਪਾਂ ਡਬਲ ਦਿੱਤੇ ਹੋਏ ਨੇਗੇ। ਸਭ ਤੋਂ ਵੱਡਾ ਫਿਡਰ ਚੈਂਬਰ ਦਿੰਦੇ ਹਾਂਗੇ ਆਪਾਂ। ਇਹਦਾ ਫਾਇਦਾ ਕਿਸਾਨ ਭਰਾਵਾਂ ਨੂੰ ਕੀ ਆ, ਜਦੋਂ ਕਟਰ ਨੂੰ ਕਈ ਵਾਰ ਨੀਚੇ ਉਤਾਰਨਾ ਪੈਂਦਾ ਤਾਂ ਇੱਕ ਬੰਦੇ ਆਸਾਨੀ ਨਾਲ ਕਟਰ ਨੂੰ ਜ਼ਮੀਨ 'ਤੇ ਉਤਾਰ ਸਕਦਾ ਅਤੇ ਆਸਾਨੀ ਨਾਲ ਇਹਨੂੰ ਲਿਫਟ ਕਰ ਲੈਂਦਾ ਹੈਗਾ। ਫਿਰ ਉਹ ਦੇਖੋ ਤੁਸੀਂ ਫਿਡਰ ਦੀ ਜਿਹੜੀ ਸਾਫਟ ਹੈਗੀ ਉਹ ਸਿਰਫ ਵਿਸ਼ਾਲ ਸਭ ਤੋਂ ਹੈਵੀ ਡਿਊਟੀ ਵੱਡੀ ਅਤੇ ਸਪਲੇਨ ਸਿਸਟਮ ਸਾਫਟ ਪਾ ਕੇ ਦੇ ਰਿਹਾ ਇਹਦੇ ਵਿੱਚ। ਇਕੱਲਾ ਵਿਸ਼ਾਲ ਪਾ ਰਿਹਾ, ਵੱਡਾ ਸਪਰਿੰਗ ਹੈਗਾ, ਵੱਡੀ ਸਾਫਟ ਹੈਗੀ, ਸਭ ਤੋਂ ਮਜ਼ਬੂਤ ਸਾਫਟ ਪਾ ਕੇ ਦੇ ਰਿਹਾ ਹੈਗਾ। ਬਾਕੀ ਗ੍ਰੇਨ ਟੈਂਕ ਹੋ ਗਿਆ, ਉਹਦੇ ਵੀ ਤੁਹਾਨੂੰ ਮੈਂ ਇੱਕ ਦੱਸ ਦਿੰਦਾ, ਗ੍ਰੇਨ ਟੈਂਕ ਦੇ ਨੀਚੇ ਸਫਾਈ ਕਰਨੀ ਬੜੀ ਆਸਾਨ ਹੈ ਕਿਉਂਕਿ ਫੋਲਡਿੰਗ ਕੀਤਾ ਹੋਇਆ ਆਪਣਾ, ਕਈ ਵਾਰ ਕੀ ਆ ਦਾਣੇ ਜਾਂ ਮਿੱਟੀ ਘੱਟਾ ਉੱਪਰ ਗਿਰ ਜਾਂਦਾ, ਉਹ ਜੰਗਾਲ ਲੱਗ ਜਾਂਦੀ ਹੈ ਉੱਪਰੋਂ, ਉਹ ਵੀ ਆਪਾਂ ਫੋਲਡਿੰਗ ਕੀਤਾ ਹੋਇਆ ਹੈ। ਫਿਰ ਉਸ ਤੋਂ ਬਾਅਦ ਕਈ ਵਾਰ ਕੀ ਹੁੰਦਾ, ਦਾਣੇ ਟੈਂਕ ਰਾਹੀਂ ਬਾਹਰ ਗਿਰਦੇ ਰਹਿੰਦੇ ਨੇ, ਬੈਲਟ ਚੱਲਦੀ ਰਹਿੰਦੀ, ਉਹਦੇ ਲਈ ਆਪਾਂ ਲੈਦਰੀ ਦਿੱਤੀ ਹੋਈ ਹੈਗੀ, ਪੂੜੀਆਂ ਨੇਗੀਆਂ ਸਪੈਸ਼ਲ ਡਿਜ਼ਾਈਨ ਪੂੜੀਆਂ ਨੇਗੀਆਂ ਆਪਣੀਆਂ, ਵੱਡੇ ਕਾਲਰ ਨੇਗੇ ਇਹਨਾਂ ਦੇ, ਹੈਵੀ ਡਿਊਟੀ ਐਂਗਲ ਯੂਜ਼ ਕਰਦੇ ਹਾਂਗੇ ਆਪਾਂ ਇਹਦੀ ਚਾਸੀ ਲਈ, ਅਤੇ ਸਭ ਤੋਂ ਮਜ਼ਬੂਤ ਜਿਹੜੀ ਚਾਸੀ ਆ ਸਿੰਗਲ ਸੀਟ ਚਾਸੀ ਯੂਜ਼ ਕੀਤੀ ਜਾਂਦੀ ਹੈ ਵਿਸ਼ਾਲ ਦੇ ਵਿੱਚ, ਬਾਕੀ ਸਾਰੇ ਦੋ ਪਾਰਟ ਦੇ ਵਿੱਚ ਇਹਨੂੰ ਕਰਦੇ ਨੇਗੇ। ਫਿਰ ਦੇਖੋ ਤੁਸੀਂ ਹੋਰ ਕੁਆਲਿਟੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿੱਦਾਂ ਬਰੈਕਟੀਆਂ ਹੋ ਗਈਆਂ, ਇਹ ਵੀ ਆਪਾਂ ਬਹੁਤ ਹਾਈ ਕੁਆਲਿਟੀ ਬਰੈਕਟੀ ਯੂਜ਼ ਕਰਦੇ ਹਾਂ, ਇਹਦੇ ਨਾਲ ਕੀ ਰਬੜਾਂ ਦੀ ਲਾਈਫ ਬੜੀ ਜ਼ਿਆਦਾ ਰਹਿੰਦੀ ਹੈਗੀ, ਰਿਪਲੇਸਮੈਂਟ ਨਹੀਂ ਆਉਂਦੀ। ਜਿਹੜਾ ਪੇਂਟ ਇਹਦੇ ਉੱਪਰ ਆਪਾਂ ਕਰ ਦਿਆਂਗੇ, ਸਾਰਾ ਓਵਨ ਪੇਂਟ ਹੈ ਅਤੇ PU ਪੇਂਟ ਜਿਹਨੂੰ ਆਪਾਂ ਅੱਜ ਕੱਲ੍ਹ 2K ਪੇਂਟ ਕਹਿੰਦੇ ਹਾਂਗੇ, ਉਹ ਪੇਂਟ ਯੂਜ਼ ਕੀਤਾ ਜਾ ਰਿਹਾ ਇਹਦੇ ਉੱਪਰ, ਜਿਹੜਾ ਸਪੈਸ਼ਲ ਗੱਡੀਆਂ ਦੇ ਉੱਪਰ ਕੀਤਾ ਜਾਂਦਾ ਉਹ ਪੇਂਟ ਯੂਜ਼ ਕਰ ਰਹੇ ਹਾਂ ਆਪਾਂ ਇਹਦੇ ਉੱਤੇ। ਇਹਦੇ ਨਾਲ ਕੀ ਹੈ, ਕਿਸਾਨ ਭਰਾਵਾਂ ਨੂੰ ਕੀ ਹੈ, ਜਦੋਂ ਘਰ ਦੇ ਵਿੱਚ ਰੱਖ ਰਖਾਅ ਕਰਨ ਦਾ ਹਲਾਰ ਨਹੀਂ ਪੈਂਦੀ ਹੈ ਅਤੇ ਇਹਨੂੰ ਕੋਈ ਜੰਗਾਲ ਡਸਟ ਵਗੈਰਾ ਕੋਈ ਇਹਦੇ ਉੱਪਰ ਨਹੀਂ ਜੰਮਦੀ, ਈਜ਼ੀਲੀ ਸਾਫ਼ ਹੋ ਜਾਂਦੀ ਹੈਗੀ। ਫਿਰ ਤੁਸੀਂ ਦੇਖੋ ਬਾਕੀ ਆਪਾਂ ਸਾਰੀ ਕੰਬਾਈਨ ਦੇ ਵਿੱਚ
ਜਿਹੜੇ ਬੈਰਿੰਗ ਨੇਗੇ ਵੱਡੇ ਬੈਰਿੰਗ ਪਾ ਰਹੇ ਹਾਂਗੇ, ਦੇਖੋ ਸਾਰੇ ਵੱਡੇ ਬੈਰਿੰਗ ਪਾ ਰਹੇ ਹਾਂ ਆਪਾਂ ਕਰਦੇ ਹਾਂ। ਇਹਦਾ ਫਾਇਦਾ ਕੀ ਹੈਗਾ, ਜਦੋਂ ਬੈਰਿੰਗ ਵੱਡੇ ਘਰੇ ਨੇਗੇ ਵੱਡਿਆਂ ਬੈਰਿੰਗਾਂ ਨਾਲ ਕੀ ਆ, ਇਹਦੀ ਜਿਹੜੀ ਸਟਰੈਂਥ ਹੈ ਬ੍ਰੇਕਡਾਊਨ ਆਉਂਦੀ ਸੀਗੀ ਉਹ ਘੱਟ ਗਈ, ਮਜ਼ਬੂਤੀ ਇਹਦੀ ਹੋਰ ਵੱਧ ਗਈ ਵੱਡੇ ਬੈਰਿੰਗ ਪਾਉਣ ਦੇ ਨਾਲ। ਫਿਰ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੀ ਚਾਸੀ ਆਪਾਂ ਸਾਰੀ ਸਿੰਗਲ ਸੀਟ ਯੂਜ਼ ਕਰਦੇ ਹਾਂਗੇ, ਸਿੰਗਲ ਸੀਟ ਚਾਸੀ ਹੈਗੀ ਇਹਦੀ। ਫਿਰ ਉਸ ਤੋਂ ਬਾਅਦ ਇਹਦੇ ਵਿੱਚ ਬੜੇ ਫੀਚਰ ਹੋਰ ਵੀ ਦਿੱਤੇ ਨੇ, ਹੈਵੀ ਡਿਊਟੀ ਐਂਗਲ ਯੂਜ਼ ਕੀਤੇ ਜਾ ਰਹੇ ਨੇ, ਹਰ ਕੋਈ ਵੀ ਪਾਰਟ ਹੈ ਇਹਦਾ ਸਾਰਾ ਫੋਲਡਿੰਗ ਯੂਜ਼ ਹੈ, ਚੈੱਕ ਨਟ ਕੀਤੀ ਹੋਈ ਹੈ ਪੂਰੀ। ਦੇਖੋ ਚਾਸੀ ਦੇ ਵਿੱਚ ਇੱਕ ਹੋਰ ਜਿਹੜੀ ਗੱਲ ਹੈ ਮੇਨ, ਇਹਨੂੰ ਬੁਲਟ ਤਾਂ ਲੱਗੇ ਹੋਏ ਨੇ ਅਤੇ ਨਾਲ ਰਿਫਟਿੰਗ ਵੀ ਕੀਤੀ ਹੋਈ ਹੈ, ਅੱਜ ਦੇ ਸਮੇਂ ਵਿੱਚ ਕੋਈ ਰਿਫਟਿੰਗ ਨਹੀਂ ਕਰ ਰਿਹਾ। ਇਹਦਾ ਫਾਇਦਾ ਇਹ ਹੈ ਜਦੋਂ ਵੱਟਾਂ ਦੇ ਉੱਪਰ ਚੱਲਦੀ ਹੈ ਉਦੋਂ ਕੀ ਹੈ ਕਈ ਵਾਰ ਝਟਕੇ ਲੱਗ ਕੇ ਚਾਸੀ ਕਿਤੇ ਨੂੰ ਕਿਤੋਂ ਕਾਬਲੇ ਜਾਂ ਨਟ ਬੋਲਟ ਟੁੱਟਣ ਦੀ ਸ਼ਿਕਾਇਤ ਆਉਂਦੀ ਰਹਿੰਦੀ ਆ ਹੋਰਾਂ ਨੂੰ। ਆਪਾਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਇਹਨੂੰ ਰਿਫਟਿੰਗ ਵੀ ਕਰ ਰਹੇ ਹਾਂ ਅਤੇ ਨਾਲ ਇਹਨੂੰ ਬੁਲਟ ਵੀ ਲਾਉਂਦੇ ਹੈਗੇ। ਫਿਰ ਤੁਸੀਂ ਸੀਜ਼ਨ ਤੋਂ ਬਾਅਦ ਚਾਸੀ ਦੇ ਵਿੱਚ ਇੱਕ ਹੋਰ ਚੀਜ਼ ਐਡ ਕੀਤੀ ਆਪਾਂ, ਜਦੋਂ ਸੀਜ਼ਨ ਤੋਂ ਬਾਅਦ ਇਹਨੂੰ ਘਰ ਖਿਲਾਰਦੇ ਹੋ ਇਹ ਜੈਕ ਦਿੱਤੇ ਨੇ, ਹੁਣ ਦੇਖੋ ਇਹਨੂੰ ਆਸਾਨੀ ਨਾਲ ਤੁਸੀਂ ਜੈਕਾਂ ਦੇ ਉੱਪਰ ਖੜਾ ਕੇ ਪਿਛਲੇ ਟਾਇਰ ਤੁਹਾਡੇ ਫ੍ਰੀ ਰਹਿਣਗੇ। ਇਹਦਾ ਫਾਇਦਾ ਹੈ ਜਦੋਂ ਟਾਇਰਾਂ ਦੇ ਉੱਤੇ ਵਜਨ ਰਹਿੰਦਾ ਤਾਂ ਇੱਥੋਂ ਕੀ ਹੁੰਦਾ ਨਾ ਕਿ ਕਰੈਕਿੰਗ ਆਉਣੀ ਸ਼ੁਰੂ ਹੋ ਜਾਂਦੀ ਹੈ, ਇਹਨੂੰ ਕਰੈਕਿੰਗ ਨਹੀਂ ਆਏਗੀ, ਇਹਦਾ ਫਾਇਦਾ ਇਹ ਹੋਏਗਾ। ਫਿਰ ਦੇਖੋ ਬਰਮ ਬਾਡੀ ਅਤੇ ਬਲੋਰ ਬਾਡੀ ਦੋਨੋਂ ਹੀ ਇਹਦੀਆਂ ਜੁਆਇੰਟ ਨੇਗੀਆਂ, ਇੱਕੋ ਹੈਗੀ। ਜਦੋਂ ਦੋ ਪਾਰਟ 'ਚ ਬਣਾਉਂਦੇ ਹਾਂ ਆਪਾਂ ਜਗ੍ਹਾ ਜਗ੍ਹਾ ਕੀ ਹੈ, ਜਦੋਂ ਆਪਾਂ ਜੁਆਇੰਟ ਦਿੰਦੇ ਹਾਂਗੇ ਤਾਂ ਉੱਥੋਂ ਜੰਗਾਲ ਪੈ ਜਾਂਦੀ ਹੈ, ਉਹ ਕਮਜ਼ੋਰ ਪੈ ਜਾਂਦੀ ਹੈ ਉਹ, ਅਤੇ ਸਾਰੀ ਸਿੰਗਲ ਸੀਟ ਰੱਖੀ ਹੋਈ ਹੈ ਆਪਾਂ। ਅਤੇ ਇਹਦੇ ਜਿਹੜਾ ਬਲੋਰ ਹੈ ਅਸੀਂ ਫੋਲਡਿੰਗ ਬਲੋਰ ਲਾ ਰਹੇ ਹਾਂਗੇ ਇਹਦੇ ਵਿੱਚ, ਕਿਸਾਨ ਭਰਾਵਾਂ ਨੂੰ ਇਹਦੀ ਬੜੀ ਉਹ ਆਉਂਦੀ ਸੀਗੀ, ਅਸੀਂ ਆਰ ਐਂਡ ਡੀ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਇਹਨੂੰ ਫੋਲਡਿੰਗ ਕਰ ਦੀਏ ਤਾਂ ਹੋਰ ਆਸਾਨੀ ਹੋ ਜਾਏਗੀ ਇਹਦੇ ਵਿੱਚ। ਅਤੇ ਸਾਰੇ ਜਿਹੜੇ ਸਾਫਟ ਨੇ ਇਹਦੇ ਹੈਵੀ ਡਿਊਟੀ ਸਾਫਟਾਂ ਯੂਜ਼ ਕਰਦੇ ਹਾਂਗੇ ਸਾਰੀਆਂ, ਇਹਨੂੰ ਹੈਵੀ ਡਿਊਟੀ ਸਾਫਟ ਹੋ ਗਈ, ਗ੍ਰੀਸਿੰਗ ਲਈ ਹਰ ਜਗ੍ਹਾ ਇਹਨੂੰ ਪੁਆਇੰਟ ਦਿੱਤੇ ਗਏ ਨੇਗੇ। ਦੇਖੋ ਹਰੇਕ ਜਗ੍ਹਾ ਗ੍ਰੀਸਿੰਗ ਲਈ ਨਾ ਪੁਆਇੰਟ ਦਿੱਤੇ ਗਏ ਨੇਗੇ। ਫਿਰ ਤੁਸੀਂ ਦੇਖੋ ਜਿਹੜਾ ਇਹ ਮਟੀਰੀਅਲ ਹੈ ਜਿਹੜਾ ਇਹ ਵੀ ਸਾਰਾ ਆਪਾਂ ਟੈਂਪਰ ਯੂਜ਼ ਕਰਦੇ ਹਾਂਗੇ ਹਾਈ ਕੁਆਲਿਟੀ, ਇਹਨੂੰ 10 ਵਾਰੀ ਤੁਸੀਂ ਨਟ ਬੋਲਟ ਨੂੰ ਲੂਜ਼ ਕਰੋ 10 ਵਾਰੀ ਟਾਈਟ ਕਰੋ, ਇਹਦੀ ਚੂੜੀ ਨਹੀਂ ਖਰਾਬ ਹੋਏਗੀ, ਇਹਦੀ ਲਾਈਫ ਬੜੀ ਜ਼ਿਆਦਾ ਰਹੇਗੀ। ਫਿਰ ਬੈਲਟਾਂ ਦੀ ਕੁਆਲਿਟੀ ਹੋ ਗਈ, ਹਾਈ ਕੁਆਲਿਟੀ ਬੈਲਟਾਂ ਪਾ ਰਹੇ ਹਾਂ, ਇਹਦੇ ਵਿੱਚ ਫਲੈਟ ਪੱਟਾ ਹੋ ਗਿਆ ਸਾਰਿਆਂ ਤੋਂ ਵੱਡਾ ਅਤੇ ਸਭ ਤੋਂ ਚੌੜਾ ਫਲੈਟ ਪੱਟਾ ਪਾ ਰਹੇ ਹਾਂਗੇ ਆਪਾਂ। ਪੂੜੀਆਂ ਸਪੈਸ਼ਲ ਡਿਜ਼ਾਇਨ ਕੀਤੀਆਂ ਹੋਈਆਂ ਪੂੜੀਆਂ ਇਹਦੇ ਵਿੱਚ ਯੂਜ਼ ਕਰਦੇ ਹਾਂਗੇ ਆਪਾਂ, ਜਿਨ੍ਹਾਂ ਦੀ ਕਾਲਰ ਵੱਡੀ ਹੁੰਦੀ ਹੈ, ਪੂੜੀ ਆਸਾਨੀ ਨਾਲ ਚੱਲਦੀ ਰਹਿੰਦੀ ਹੈ, ਕੋਈ ਦਿੱਕਤ ਨਹੀਂ ਆਉਂਦੀ ਕਿਸੇ ਤਰ੍ਹਾਂ, ਕੋਈ ਬੈਲਟ ਖਰਾਬ ਹੋਣ ਦੀ ਪੂੜੀ ਤੋਂ ਸਾਫਟ ਆਪਣੀ ਬੈਲਟ ਖਰਾਬ ਹੋ ਜਾਏ ਜਾਂ ਕੁਛ ਵੀ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏਗੀ। ਸਭ ਚੀਜ਼ ਨੂੰ ਬੜੇ ਧਿਆਨ 'ਚ ਰੱਖ ਕੇ ਬਣਾਇਆ ਗਿਆ, ਬੜਾ ਸੋਹਣਾ ਡਿਜ਼ਾਇਨ ਕੀਤਾ ਗਿਆ ਹੈਗਾ। ਬਾਅਦ ਤੁਸੀਂ ਦੇਖੋ ਸਾਰੀ ਮਸ਼ੀਨ ਨੂੰ ਆਪਾਂ ਲੋਕਿੰਗ ਨਟ ਯੂਜ਼ ਕਰਦੇ ਹਾਂਗੇ, ਜਿਹਦੀ ਲਾਈਫ ਬੜੀ ਜ਼ਿਆਦਾ ਰਹਿੰਦੀ ਹੈਗੀ, ਬੜੀ ਦਿੱਕਤ ਆਉਂਦੀ ਸੀ ਕਦੇ ਖੋਲ ਲਿਆ ਨੂੰ ਕਦੇ ਟਾਈਟ ਕਰਿਆ, ਲੋਕਿੰਗ ਨਟ ਕਰਤੇ ਸਾਰੀ ਮਸ਼ੀਨ ਦੇ ਵਿੱਚ ਆਪਾਂ ਸ਼ੁਰੂ ਤੋਂ। ਫਿਰ ਇੱਕ ਚੀਜ਼ ਹੋਰ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਹਾਂ, ਜਿਹੜਾ ਇਹਦਾ ਰੀਅਰ ਐਕਸਲ ਹੈ ਹਿੱਸਾ ਕਹਿੰਦੇ ਆਪਾਂ ਇਹਨੂੰ, ਇਹ ਪੂਰਾ ਹੈਵੀ ਡਿਊਟੀ ਅਤੇ ਬਹੁਤ ਸੋਹਣਾ ਡਿਜ਼ਾਇਨ ਕੀਤਾ ਗਿਆ ਹੈ। ਫਿਰ ਇਹਦੇ ਇਹ ਪਾਰਟ ਹੋ ਗਏ, ਇਹ ਸਾਰੇ ਹੈਵੀ ਡਿਊਟੀ, ਅਤੇ ਆਪਾਂ ਇਹਦੇ 'ਚ ਇੱਕ ਸਭ ਤੋਂ ਵੱਡੀ ਚੀਜ਼ ਜਿਹੜੀ ਲੈ ਕੇ ਆਇਆ ਵਿਸ਼ਾਲ ਲੈ ਕੇ ਆਇਆ, ਇਹਨੂੰ ਹਾਈਡ੍ਰੋਲਿਕ ਜੈਕ ਅਤੇ ਟਾਈ ਰਾਡ ਦੋਨੇ ਨਾਲ ਲੈ ਕੇ ਆਇਆ, ਵਿਸ਼ਾਲ ਲੈ ਕੇ ਆਇਆ ਸਭ ਤੋਂ ਪਹਿਲਾਂ। ਇਹਦਾ ਫਾਇਦਾ ਇਹ ਹੋ ਗਿਆ ਕਿਸਾਨ ਭਰਾਵਾਂ ਨੂੰ, ਜਦੋਂ ਕਟਾਈ ਕਰਦੇ ਹਾਂ ਆਪਾਂ ਦੋਨੋਂ ਸਾਈਡ ਸੇਮ ਇੱਕੋ ਜਿਹੀ ਕਟਾਈ ਹੋਏਗੀ, ਵੱਧ ਘੱਟ ਨਹੀਂ ਹੁੰਦੀ। ਤੁਸੀਂ ਦਿਖਾ ਸਕਦੇ ਹੋ ਕਿ ਹਿੱਸਾ ਪੂਰਾ ਹੈਵੀ ਡਿਊਟੀ ਹੈ, ਔਰ ਇਹਦੀ ਖਾਸੀਅਤ ਦੇਖੋ, ਜਿਹੜਾ ਇਹ ਹਿੱਸਾ ਅਸੀਂ ਡਿਜ਼ਾਇਨ ਕੀਤਾ ਹੋਇਆ ਇਹਦੇ ਵਿੱਚ ਕੀ ਹੈ, ਇਹ ਥੋੜ੍ਹਾ ਟੇਪਰ ਕਹਿ ਸਕਦੇ ਹਾਂ ਆਪਾਂ ਇਹਨੂੰ। ਟੇਪਰ ਦੇ ਵਿੱਚ ਕੀ ਹੈ, ਇੱਕ ਟਾਇਰ ਦਾ ਪਿੱਛੇ ਨੂੰ ਰਹਿੰਦਾ ਹੈਗਾ, ਇੱਕ ਅੱਗੇ ਰਹਿੰਦਾ ਹੈਗਾ ਜਦੋਂ ਸਟ੍ਰੇਟ ਚੱਲਦੀ ਹੈ। ਉਹਦਾ ਬੈਨੀਫਿਟ ਇਹ ਹੈ ਜਦੋਂ ਵੱਟ ਦੇ ਉੱਪਰ ਚੱਲਦੀ ਹੈ, ਇੱਕ ਟਾਇਰ ਅੱਗੜ ਪਿਛੜ ਹੋਣ ਕਾਰਨ ਕੀ ਹੈ, ਇਹ ਝੂਟਾ ਨਹੀਂ ਮਾਰਦੀ, ਜਿੱਦਾਂ ਜੰਪ ਲੈਂਦੀ ਹੈ, ਜੰਪ ਲੈ ਕੇ ਕੀ ਹੈ ਕਿ ਚਾਸੀ 'ਚ ਬ੍ਰੇਕੇਜ ਆ ਜਾਂਦੀ ਹੈ, ਨਟ ਬੋਲਟ ਟੁੱਟਣ ਦੀ ਸ਼ਿਕਾਇਤ ਆਉਂਦੀ ਹੈ, ਇੱਦਾਂ ਕੁਛ ਨਹੀਂ ਹੋਏਗਾ ਇਹਦੇ ਵਿੱਚ। ਦੇਖੋ ਆਹ ਦਿਖਾਓ ਤੁਸੀਂ ਆਸਾਨ, ਦੇਖੋ ਇੱਕ ਟਾਇਰ ਅੱਗੇ ਹੈ ਅਤੇ ਦੂਸਰਾ ਪਿੱਛੇ ਹੈ, ਇਹ ਦੇਖੋ ਅਸੀਂ ਇਹਦੇ 'ਚ ਐਕਸਟਰਾ ਚੀਜ਼ ਲੈ ਕੇ ਆਏਗੇ ਮੈਂ ਅਰਥਾਤ ਕ੍ਰੈਂਕ ਹੈ, ਜਿਹੜੀ ਕ੍ਰੈਂਕ ਹੈ
ਇਹਦੀ ਐਡਜਸਟਮੈਂਟ ਵੀ ਅਸੀਂ ਉਹਨੂੰ ਅੰਦਰ ਤੋਂ ਦੇਤੀ। ਇਹਦਾ ਫਾਇਦਾ ਇਹ ਹੈ ਕੱਲ੍ਹ ਜਾ ਕੇ ਤੁਸੀਂ ਕਣਕ ਦੀ ਸਟੋਕ ਵੱਧ ਘੱਟ ਕਰਨੀ ਹੈ, ਕਿਸਾਨ ਭਰਾ ਨੇ ਫਸਲ ਦੇ ਹਿਸਾਬ ਨਾਲ ਇੱਥੋਂ ਐਡਜਸਟਮੈਂਟ ਕਰ ਸਕਦੇ ਨੇ ਉਹ, ਇਹ ਵੀ ਅਸੀਂ ਐਕਸਟਰਾ ਦਿੱਤਾ ਹੋਇਆ ਹੈ। ਫਿਰ ਬਹੁਤ ਸੋਹਣੇ ਡਿਜ਼ਾਇਨ ਕੀਤੇ ਹੋਏ ਹੈਵੀ ਡਿਊਟੀ ਸਟਾਹ ਵਾਕਰ ਪਾ ਰਹੇ ਹਾਂ, ਇਹਦੇ ਵਿੱਚ ਆਪਾਂ ਸਾਰੇ ਯੂਜ਼ ਕਰਦੇ ਹਾਂ, ਜਿਹੜੇ ਸਭ ਤੋਂ ਵੱਡੇ ਅਤੇ ਸਭ ਤੋਂ ਮਜ਼ਬੂਤ ਸਟਾਹ ਵਾਕਰ ਯੂਜ਼ ਕਰ ਰਹੇ ਹਾਂ ਆਪਾਂ। ਇਹਦੇ ਵਿੱਚ ਤਿੰਨੋ ਸੀਪਾਂ ਨੇ ਜਿਹੜੀਆਂ ਇਹਦੀਆਂ, ਜਿਹਨੂੰ ਝਾੜਨੇ ਕਹਿੰਦੇ ਆਪਾਂ, ਉਹ ਚੱਲਦੀ ਮਸ਼ੀਨ ਦੀ ਤੁਸੀਂ ਐਡਜਸਟਮੈਂਟ ਕਰ ਸਕਦੇ ਹੋ। ਆਹ ਦੇਖੋ ਤੁਸੀਂ ਮੂਵਮੈਂਟ ਦੇਖੋ, ਇਹਦੇ ਵਿੱਚ ਦੇਖੋ, ਆਹ ਦੇਖੋ, ਬਿਲਕੁਲ ਦਿਖ ਰਿਹਾ ਨਾ ਤੁਹਾਨੂੰ, ਦੇਖੋ ਆਹ ਦੇਖੋ ਬੰਦ ਹੋ ਰਹੀ ਹੈ ਅਤੇ ਓਪਨ ਹੋ ਰਹੀ ਹੈ। ਤੁਸੀਂ ਐਡਜਸਟਮੈਂਟ ਤਿੰਨਾਂ ਸੀਪਾਂ ਦੀ, 1 2 3 ਤਿੰਨਾਂ ਦੀ ਐਡਜਸਟਮੈਂਟ, ਅੱਗੇ ਵਾਲੀ, ਪਿੱਛੇ ਵਾਲੀ ਅਤੇ ਨੀਚੇ ਵਾਲੀ ਸਾਹ, ਤਿੰਨਾਂ ਦੀ ਐਡਜਸਟਮੈਂਟ ਅਸੀਂ ਇੱਥੋਂ ਦੇਤੀ। ਇਹਦਾ ਬੜਾ ਬੈਨੀਫਿਟ ਹੈ, ਤੁਸੀਂ ਚੱਲਦੀ ਮਸ਼ੀਨ ਦੀ ਐਡਜਸਟਮੈਂਟ ਇੱਥੋਂ ਕਰ ਸਕਦੇ ਹੋ ਆਸਾਨੀ ਨਾਲ। ਫਿਰ ਜਿਹੜੀ ਇਹਦੀ ਟੇਲ ਹੈ, ਬੜੀ ਸੋਹਣੀ ਡਿਜ਼ਾਇਨ ਕੀਤੀ ਗਈ ਹੈ, ਇਹਦੇ ਵਿੱਚ ਬੈਂਡਿੰਗ ਦਿੱਤੀ ਗਈ ਹੈ ਅਤੇ ਨਾਲ ਇਹਨੂੰ ਆ ਜਿਹੜੀ ਮੋਟੀ ਪਲੇਟ ਲਾਈ ਹੈ ਆਪਾਂ ਨੇ, ਇੱਕ ਬਹੁਤ ਮੋਟੀ ਪਲੇਟ ਲਾ ਦੀ ਇਹਨੂੰ, ਇਹ ਫੋਲਡਿੰਗ ਹੈਗੀ ਦੇਖੋ ਨਾਲ। ਕੱਲ੍ਹ ਤੁਸੀਂ SMS ਦੀ ਕਿੱਟ ਦੀ ਫਿਟਿੰਗ ਕਰਨੀ ਹੈ, ਆਸਾਨੀ ਨਾਲ SMS ਦੀ ਕਿੱਟ ਕੋਈ ਵੀ ਕਿਤੋਂ ਵੀ ਫਿੱਟ ਕਰਾ ਸਕਦਾ। ਇਹ ਅਸੀਂ ਐਡਜਸਟਮੈਂਟ ਸਾਰੀ ਦਿੱਤੀ ਹੋਈ ਹੈ ਇੱਥੋਂ ਲੈ ਕੇ, ਦੇਖੋ ਹਰ ਇੱਕ ਚੀਜ਼ ਦੀ ਕੁਲੀ ਤੋਂ ਲੈ ਕੇ ਸਾਰੀ ਐਡਜਸਟਮੈਂਟ ਦਿੱਤੀ ਹੈ। ਇਹਦੇ ਜਿਹੜਾ ਆਪਾਂ ਨੇ ਇਹ ਦੱਬ ਪਾਇਆ, ਇਹਦਾ ਫਾਇਦਾ ਕੀ ਹੈ, ਕੱਲ੍ਹ ਨੂੰ ਜਾ ਕੇ ਟੇਲ ਹੈ ਜਿਹੜੀ ਤੁਹਾਡੀ ਬੜੀ ਮਜ਼ਬੂਤ ਹੋਊਗੀ, ਜਦੋਂ ਕਈ ਵਾਰ ਖੇਤ 'ਚ ਚੱਲਦੀ ਹੈ ਪਿੱਛੇ ਫੋਰ ਮੈਨੂੰ ਨਹੀਂ ਪਤਾ ਚੱਲਦਾ, ਤਾਂ ਇਹ ਬੜੇ ਸੇਫਟੀ ਦਾ ਕੰਮ ਵੀ ਕਰਦੀ ਹੈ, ਇਹਨੂੰ ਵੈਂਡ ਨਹੀਂ ਹੋਣ ਦਿੰਦੀ, ਬੜੀ ਮਜ਼ਬੂਤ ਹੋ ਗਈ, ਹੈਵੀ ਹੋ ਗਈ ਇਹਦੇ ਨਾਲ ਬੜੀ ਜ਼ਿਆਦਾ ਇਹ। ਫਿਰ ਇਹ ਜਿਹੜੀ ਵੱਡੀ ਖਾਸੀਅਤ ਇੱਕ ਹੋਰ ਦੱਸਦੇ ਹਾਂ ਤੁਹਾਨੂੰ, ਦੇਖੋ ਆਹ ਦੇਖੋ ਨੇੜੇ ਤੋਂ ਦਿਖਾ ਰਿਹਾ ਮੈਂ, ਦੇਖੋ ਇਹ ਸਾਰੀ ਹੈ ਜਿਹੜੀ ਆਪਾਂ ਫੋਲਡਿੰਗ ਕੀਤੀ ਹੋਈ ਹੈ, ਦੇਖੋ ਉੱਪਰ ਕਰਜ਼ੇ ਲੱਗੇ ਨੇ, ਸਾਰੀ ਫੋਲਡਿੰਗ ਕਰਤੀ। ਕੱਲ੍ਹ ਜਾ ਕੇ ਕਦੋਂ ਤੁਸੀਂ ਇੱਕ ਰਿਪੇਅਰ ਕਰਦੇ ਹੋ ਸੀਜ਼ਨ ਤੋਂ ਬਾਅਦ, ਤਾਂ ਇਹਦੇ ਵਿੱਚ ਫਾਇਦਾ ਇਹ ਹੈ ਵੀ ਤੁਸੀਂ ਇਹਨੂੰ ਲੂਜ਼ ਕਰਕੇ ਫੋਲਡ ਕਰੋਗੇ, ਸਟਾਹ ਵਾਕਰ ਆਸਾਨੀ ਨਾਲ ਤੁਹਾਡੇ ਬਾਹਰ ਨਿਕਲ ਆਉਣਗੇ, ਪੂਰੀ ਪੂੰਛ ਨਹੀਂ ਨੀਚੇ ਉਤਾਰਨੀ ਪੈਣੀ ਆਪਾਂ ਨੂੰ। ਉਹਦੇ 'ਚ ਕੀ ਹੈ, ਬੜਾ ਸਮੇਂ ਖਰਾਬ ਹੁੰਦਾ ਹੈਗਾ ਕਿਸਾਨ ਭਰਾਵਾਂ ਦਾ, ਅਤੇ ਇਹਨੂੰ ਉਤਾਰਨਾ, ਰੱਖਣਾ, ਫਿਰ ਫਿਟਿੰਗ ਬਿਲਕੁਲ ਸਹੀ ਕਈ ਵਾਰ ਨਹੀਂ ਆਉਂਦੀ। ਉਹਦੇ ਵਿੱਚ ਇਹ ਕੰਪਨੀ ਨੇ ਬੜੇ ਧਿਆਨਯੋਗ ਰੱਖ ਕੇ ਇਹਨੂੰ ਫੋਲਡਿੰਗ ਬਣਾਇਆ ਹੋਇਆ ਹੈ, ਜੀ ਦੇਖੋ ਆਸਾਨੀ ਨਾਲ ਦਿਖਾ ਸਕਦੇ ਹਾਂ ਆਪਾਂ, ਇਹਨੂੰ ਆਰਾਮ ਨਾਲ ਸਟਾਹ ਵਾਕਰ ਬਾਹਰ ਤੁਸੀਂ ਕੱਢ ਸਕਦੇ ਹੋ ਅਤੇ ਇੱਥੋਂ ਹੀ ਸਟਾਹ ਵਾਕਰ ਪਾ ਸਕਦੇ ਹੋ, ਕਿਉਂਕਿ ਉਹਦੀ ਲੰਬਾਈ ਜ਼ਿਆਦਾ ਹੁੰਦੀ ਹੈ। ਫਿਰ ਉਸ ਤੋਂ ਬਾਅਦ ਆ ਜਾਵਾਂਗੇ ਆਪਾਂ, ਫਿਊਲ ਟੈਂਕ ਆ ਗਿਆ ਇਹਦਾ, 350 ਲੀਟਰ ਦਾ ਫਿਊਲ ਟੈਂਕ ਹੈ ਇਹਦਾ। ਸਿੰਗਲ ਸੀਟ ਪੂਰੀ ਟੇਲ ਵੀ ਹੈ, ਸਿੰਗਲ ਸੀਟ ਹੀ ਪੂਰੀ ਕੰਬਾਈਨ ਹੈ, CD ਇਹਦੀ ਆਪਾਂ ਇਹ ਫੋਲਡਿੰਗ ਕਰ, ਅਤੇ ਹੈਵੀ ਡਿਊਟੀ ਕਰੀ ਹੋਈ ਹੈ। ਕੱਲ੍ਹ ਨੂੰ ਆਪਾਂ ਆਸਾਨੀ ਨਾਲ ਕਦੇ ਕੋਈ 4-wheel ਡਰਾਈਵ ਕਰਨਾ ਚਾਹੁੰਦਾ ਜਾਂ ਵੱਡਾ ਟਾਇਰ ਪਾ ਲੈਂਦੇ ਹਾਂ, ਕਈ ਵਾਰ ਉਹ ਨਾਲ ਨਹੀਂ ਇਹਦੇ ਟਕਰਾਏਗਾ, ਇਹਨੂੰ ਆਪਾਂ ਫੋਲਡ ਕਰ ਸਕਦੇ ਹਾਂ। ਮਸ਼ੀਨ ਚੱਲਦੀ 'ਚ ਕੋਈ ਉੱਪਰ ਨਹੀਂ ਚੜੇਗਾ, ਕੋਈ ਰਿਸਕ ਨਹੀਂ ਰਹਿੰਦਾ ਆਪਣਾ ਕਿਸੇ ਵੀ ਤਰ੍ਹਾਂ ਦਾ। ਫਿਰ ਤੁਸੀਂ ਦੇਖੋ ਜਿਹੜਾ ਇੰਜਣ ਹੈ, ਇੰਜਣ ਦੀ ਜਿਹੜੀ ਵਾਪਸੀ ਪਾਈਪ ਹੈ, ਆਪਾਂ ਇੰਜਣ ਤੋਂ ਲੈ ਕੇ ਨੀਚੇ ਤੱਕ ਲੈ ਕੇ ਆਏ ਹਾਂ, ਜਦੋਂ ਤੁਸੀਂ ਇਹਦਾ ਆਇਲ ਚੇਂਜ ਕਰਨਾ ਹੈ, ਆਸਾਨੀ ਨਾਲ ਇਹਨੂੰ ਉੱਥੋਂ ਖੋਲ੍ਹੋ, ਬਾਲਟੀ ਨੇੜੇ ਲਾਓ, ਉਹਦੇ ਵਿੱਚ ਇਹਨੂੰ ਆਇਲ ਨੂੰ ਪੁਰਾਣੇ ਨੂੰ ਤੁਸੀਂ ਆਸਾਨੀ ਨਾਲ ਕੱਢ ਸਕਦੇ ਹੋ। ਨਹੀਂ ਤਾਂ ਕੀ ਉੱਪਰ ਹੀ ਹੁੰਦਾ, ਇੱਥੋਂ ਲੀਕ ਹੋ ਜਾਂਦਾ ਉੱਪਰ, ਪੂਰੀ ਮਸ਼ੀਨ ਦੇ ਉੱਪਰੋਂ ਆਇਲ ਇੱਥੇ ਤੱਕ ਚੋਂਦਾ ਆ ਜਾਂਦਾ, ਲਕੀਰਾਂ ਪੈ ਜਾਂਦੀਆਂ ਉਹਦੀਆਂ। ਇਹ ਜਿਹੜੇ ਸਭ ਤੋਂ ਸਪੈਸ਼ਲ ਫੀਚਰ ਹੈਗਾ ਐਲੀਵੇਟਰ, ਇਹਦੇ ਫੋਲਡਿੰਗ ਐਲੀਵੇਟਰ ਹੈ ਜੋ ਵਿਸ਼ਾਲ ਨੇ ਸਭ ਤੋਂ ਪਹਿਲੀ ਵਾਰ ਕੀਤੇ ਸੀਗੇ। ਇਹਨੂੰ ਦੇਖ ਕੇ ਬੜਿਆਂ ਨੇ ਕਾਪੀ ਕੀਤੀ, ਕਿਸੇ ਨੇ ਸੈਂਟਰ 'ਚ ਜੁਆਇੰਟ ਪਾ ਲਿਆ, ਕਿਸੇ ਨੇ ਕੁਛ ਕੀਤਾ, ਲੇਕਿਨ ਸਪੈਸ਼ਲ ਡਿਜ਼ਾਇਨ ਕੀਤੇ ਹੋਏ ਨੇ ਇਹਨਾਂ ਨੂੰ ਤੁਸੀਂ ਫੋਲਡਿੰਗ ਨੇ ਵੀ ਕੱਲ੍ਹ ਜਦੋਂ ਚੱਲਦੀ ਹੈ। ਕਈ ਵਾਰ ਜਦੋਂ ਰੀਲਿੰਗ ਆਪਾਂ ਸੀਜ਼ਨ ਤੋਂ ਬਾਅਦ ਰਿਪੇਅਰ ਕਰਦੇ ਹਾਂ ਜਾਂ ਕੱਢਦੇ ਹਾਂਗੇ, ਉਹ ਆਸਾਨੀ ਨਾਲ ਨਹੀਂ ਨਿਕਲਦੀ, ਤੁਸੀਂ ਇਹਨੂੰ ਈਜ਼ੀਲੀ ਇੱਥੋਂ ਖੋਲ੍ਹ ਕੇ ਆਰਾਮ ਨਾਲ ਪੂਰੀ ਤੁਸੀਂ ਜਿਹੜੀ ਇਹਦੀ ਕਨਵੇਅਰ ਅੰਦਰ ਚੱਲਦੀ ਹੈ ਉਹਨੂੰ ਆਸਾਨੀ ਨਾਲ ਦੇਖ ਸਕਦੇ ਹੋ, ਸਾਫ਼ ਕਰ ਸਕਦੇ ਹੋ, ਮਿੱਟੀ ਘਟਾ ਕੋਈ ਰਿਪਲੇਸਮੈਂਟ ਕਰਨੀ ਹੈ ਤੁਸੀਂ ਆਰਾਮ ਨਾਲ ਇੱਥੋਂ ਕਰ ਸਕਦੇ ਹੋ, ਉਤਾਰਨ ਦੀ ਲੋੜ ਨਹੀਂ ਹੈਗੀ ਤੁਹਾਨੂੰ। ਜਿਹੜੀਆਂ ਪੁੜੀਆਂ ਨੇ ਸਪੈਸ਼ਲ ਡਿਜ਼ਾਇਨ ਦੀਆਂ ਪੁੜੀਆਂ, SG iron ਦਾ ਜਿਹੜਾ ਮਟੀਰੀਅਲ ਹੈ, SG iron ਸਟੀਲ ਮਿਕਸ ਆਇਰਨ ਜਿਹੜਾ ਯੂਜ਼ ਕਰਦੇ ਹਾਂ ਆਪਾਂ ਸਾਰਾ, ਉਹਦੀਆਂ ਸਾਰੀਆਂ ਪੁੜੀਆਂ ਹੋ ਗਈਆਂ, ਕਾਸਟਿੰਗ ਹੋ ਗਈ, ਫਿਰ ਜਿਹੜਾ ਬਲੋਰ ਹੈ, ਇਹ ਬਲੋਰ ਚੱਲਦਾ, ਇਹਦੇ ਅੱਗੇ ਵੀ ਅਸੀਂ ਇੱਕ ਸਪੋਰਟ ਦਿੱਤੀ ਹੋਈ ਹੈ ਦੇਖੋ ਕਿਸਾਨ ਭਰਾਵਾਂ ਲਈ। ਕਈ ਵਾਰ ਕੀ ਜਦੋਂ ਵੱਟਾਂ ਉੱਪਰ ਚੱਲਦੀ ਹੈ, ਮਿੱਟੀ ਘਟਾ ਜਾਂ ਕਈ ਵਾਰ ਕੋਈ ਹੈ ਕਿਤੇ ਨੀਚੇ ਟਕਰਾ ਗਈ, ਤਾਂ ਬਲੋਰ ਨੂੰ ਕੋਈ ਨੁਕਸਾਨ ਨਾ ਹੋਵੇ, ਉਹਨੂੰ ਧਿਆਨ 'ਚ ਰੱਖ ਕੇ ਅੱਗੇ ਸਪੋਰਟ ਦਿੱਤੀ ਹੋਈ ਹੈ, ਬੜੀ ਹੈਵੀ ਸਪੋਰਟ ਦਿੱਤੀ ਹੈ ਵੀ।
ਫਿਰ ਆ ਜਾਵਾਂਗੇ ਆਪਾਂ। ਦੇਖੋ ਜੀ, ਪ੍ਰੈਸ਼ਰ ਦੇ ਆਰ ਪੀ ਐਮ ਦੇਣ ਦੱਸਣ ਦੇ ਲਈ ਉੱਪਰ ਐਗਜੈਕਟ ਪ੍ਰੈਸ਼ਰ ਕਿੰਨੇ 'ਤੇ ਚੱਲ ਰਿਹਾ ਉਹਦੇ ਲਈ ਵੀ ਆਪਾਂ ਨੇ ਆਰ ਪੀ ਐਮ ਮੀਟਰ ਅਲੱਗ ਤੋਂ ਦਿੱਤਾ ਹੋਇਆ, ਕਿਉਂਕਿ ਉੱਪਰ ਆਸਾਨੀ ਨਾਲ ਪਤਾ ਰਹੇ ਵੀ ਪ੍ਰੈਸ਼ਰ ਕਿੰਨੇ 'ਤੇ ਚੱਲ ਰਿਹਾ। ਐਗਜੈਕਟ ਇਹਦੇ ਜਿਹੜੇ ਚੱਕਰ ਨੇ ਗੇ ਉੱਪਰ ਆਪਾਂ ਨੂੰ ਪਤਾ ਚੱਲਦੇ ਰਹਿਣਗੇ। ਫਿਰ ਸਾਰੀ ਜਿੰਨੀ ਵੀ ਇਹਦੀ ਚੈਨ ਹੈ ਗਰਾਰੀ, ਇਹ ਸਾਰੀ ਆਪਾਂ ਹਾਈ ਕੁਆਲਿਟੀ ਗਰਾਰੀ ਅਤੇ ਹਾਈ ਕੁਆਲਿਟੀ ਦੀ ਹੀ ਚੈਨ ਯੂਜ਼ ਕਰਦੇ ਹਾਂ ਪੂਰੀ ਕੰਬਾਈਨ ਦੇ ਵਿੱਚ, ਇੱਥੇ ਹੋਵੇ ਕਿਤੇ ਵੀ ਹੋਵੇ। ਵੱਡੀ ਗੱਲ ਇਹ ਹੈ ਵੀ ਆਪਾਂ ਇੱਕੇ ਸਾਈਜ਼ ਦੀ ਚੈਨ ਯੂਜ਼ ਕਰਦੇ ਹਾਂ ਪੂਰੀ ਕੰਬਾਈਨ ਦੇ ਵਿੱਚ। ਇਹਦੇ ਵਿੱਚ ਟੈਂਕ ਇਹਦਾ ਫੋਲਡਿੰਗ ਟੈਂਕ ਕੀਤਾ ਗਿਆ ਗਾ ਉੱਪਰੋਂ, ਦੇਖੋ ਤੁਸੀਂ। ਫਿਰ ਮੈਂ ਇੱਕ ਚੀਜ਼ ਹੋਰ ਤੁਹਾਨੂੰ ਜਿਹੜੀ ਦੱਸਣੀ ਹੈ, ਇੰਜਨ ਹੈ ਜਿਹੜਾ, ਇੰਜਨ ਦੀ ਜਿਹੜੀ ਰੇਡੀਏਟਰ ਦੀ ਜਾਲੀ ਹੈ ਉਹ ਘੁੰਮਣ ਵਾਲੀ ਫੋਲਡਿੰਗ ਵੀ ਦਿੱਤੀ ਹੈ, ਅਤੇ ਨਾਲ ਆਪਾਂ ਉੱਪਰ ਦੂਸਰੀ ਜਾਲੀ ਵੀ ਦਿੱਤੀ ਹੋਈ, ਡਬਲ ਜਾਲੀ ਦਿੱਤੀ ਹੋਈ ਹੈ ਇਹਨੂੰ, ਕਿਉਂਕਿ ਇੰਜਨ ਨੂੰ ਆਸਾਨੀ ਨਾਲ ਹਵਾ ਮਿਲ ਸਕੇ, ਫਰੈਸ਼ ਹਵਾ ਮਿਲ ਸਕੇ। ਠੀਕ ਹੈ ਜੀ, ਫੋਲਡਿੰਗ ਸ਼ੀਲਡਾਂ ਨੇ ਇਹਦੀਆਂ ਸਿੰਗਲ ਸ਼ੀਟ ਹੈ, ਦੇਖੋ ਇਹ ਵੀ ਵਿਸ਼ਾਲ ਨੇ ਕੀਤੀ ਹੈ। ਸਭ ਤੋਂ ਪਹਿਲਾਂ ਇਹ ਜੋ ਪੀਸ ਨੇ ਇਹਦੇ, ਉਹਨਾਂ ਤਾਂ ਲੋਕ ਐਂਗਲ 'ਤੇ ਪੱਤੀ ਲਾ ਕੇ ਇਹਨੂੰ ਬਣਾ ਦਿੰਦੇ ਨੇ, ਇਹ ਵੀ ਸਾਰੇ ਐਸ ਜੀ ਆਇਰਨ ਦੇ ਨੇਗੇ। ਕਟਰ ਨੂੰ ਜਿਹੜੀ ਆਪਾਂ ਸਪਲਾਈ ਹੈ ਡਬਲ ਪੈਪ ਸਪਲਾਈ ਦਿੱਤੀ ਹੋਈ ਹੈ, ਆਸਾਨੀ ਨਾਲ ਇਹਨੂੰ ਉੱਪਰ ਚੱਕਦੀ ਹੈ ਅਤੇ ਨੀਚੇ ਲੈ ਕੇ ਆਉਂਦੀ ਹੈ। ਡਬਲ ਪੈਪ ਡਿਸਟ੍ਰੀਬਿਊਟਰ ਹੈਵੀ ਡਿਊਟੀ ਪੈਪ ਯੂਜ਼ ਕੀਤਾ ਇਹਨੂੰ ਆਪਾਂ, ਸਾਰਾ ਜਿੰਨਾ ਵੀ ਪੈਪ ਯੂਜ਼ ਕੀਤਾ। ਫਿਰ ਜਿਹੜੇ ਜੈੱਕ ਆ ਗਏ ਇਹਦੇ, ਇਹ ਦੋ ਜੈੱਕ ਯੂਜ਼ ਕਰੇ ਹੋਏ ਨੇ ਆਪਣੇ, ਦੋਨਾਂ ਦੀ ਜਿਹੜੀ ਸਪਲਾਈ ਹੈ ਉਹ ਅਲੱਗ ਅਲੱਗ ਕਰਤੀ ਹੈ ਆਪਾਂ ਨੇ ਡਿਸਟ੍ਰੀਬਿਊਟਰ ਤੋਂ, ਦੋਨਾਂ ਦੀ ਸਪਲਾਈ ਅਲੱਗ ਅਲੱਗ ਹੈ ਅਤੇ ਆਸਾਨੀ ਨਾਲ ਇਹ ਚੱਕਦਾ, ਆਸਾਨੀ ਨਾਲ ਇਹਨੂੰ ਲਿਫਟ ਕਰਦਾ ਅਪ ਐਂਡ ਡਾਊਨ। ਜੋ ਰੇਡੀਏਟਰ ਨੂੰ ਜਾਲੀ ਯੂਜ਼ ਕਰਦੇ ਹਾਂ ਆਪਾਂ, ਜਾਲੀ ਦੇ ਨਾਲ ਨਾ ਇੱਥੋਂ ਨੀਚੋਂ ਅਸੀਂ ਇਹ ਓਪਨ ਕਰਤਾ, ਓਪਨ ਕਰਨ ਨਾਲ ਕੀ ਹੈ, ਇੱਕ ਵਾਰੀ ਡਸਟ ਨੀਚੇ ਝੜਦੀ ਰਹਿੰਦੀ ਹੈ ਬ੍ਰਸ਼ ਦੇ ਨਾਲ, ਦੂਸਰਾ ਕੀ ਹੈ ਇੱਥੋਂ ਐਗਜ਼ੌਸਟ ਵੀ ਹੁੰਦਾ ਰਹਿੰਦਾ, ਹਵਾ ਵੀ ਲੈਂਦਾ ਰਹਿੰਦਾ ਹੈਗਾ, ਹੈ ਨਾ, ਇਹਦੇ ਨਾਲ ਵੀ ਹਵਾ ਜਾਂਦੀ ਹੈ ਉਹਨੂੰ। ਇਹ ਜਿਹੜੀ ਪਾਈਪ ਹੈ ਯੂਜ਼ ਕਰਦੇ ਹਾਂ ਆਪਾਂ, ਹਾਈਡ੍ਰੋਲਿਕ ਵਾਲੀ ਜਿੰਨੀ ਵੀ ਪਾਈਪ ਯੂਜ਼ ਕਰਦੇ ਹਾਂ, ਸਾਰੀ ਬਹੁਤ ਪ੍ਰੀਮੀਅਮ ਕੁਆਲਿਟੀ ਦੀ, ਜਿੱਦਾਂ ਕਿ ਕੰਸਟਰਕਸ਼ਨ ਦੇ ਵਿੱਚ ਯੂਜ਼ ਹੁੰਦੀ ਆ, ਆਪਾਂ ਉਹ ਸਾਰੀ ਪਾਈਪ ਇਹਦੇ ਵਿੱਚ ਯੂਜ਼ ਕਰਦੇ ਹਾਂਗੇ, ਨਾ ਕਿ ਲੋਕਲ ਜਿਹੜੀ ਆ ਰਹੀ ਹੈ ਉਰੇ ਆਪਾਂ ਉਹ ਕਰ ਰਹੇ ਹਾਂਗੇ। ਫਿਰ ਇਹਦੇ ਨਾਲ ਮੈਂ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣੀ ਚਾਹੁੰਦਾ ਹੈਗਾ, ਜਿੱਦਾਂ ਕੈਬਲ ਦੇ ਨੀਚੇ ਇਹ ਬਲੋਰ ਦਿੱਤਾ ਗਿਆ ਹੈਗਾ, ਬਲੋਰ ਫੈਨ, ਇਹਦੀ ਜਿਹੜੀ ਲੰਬਾਈ ਹੈ ਬੜੀ ਵਧੀਆ ਕਰਕੇ ਸੈੱਟ ਕੀਤੀ ਗਈ ਹੈ, ਇਹਨੂੰ ਆਪਾਂ ਫੋਲਡਿੰਗ ਹੈ ਵੀ ਇਹਦੀ ਐਡਜਸਟੇਬਲ ਹੈ ਵੀ, ਆਪਣੇ ਹਿਸਾਬ ਨਾਲ ਇਹਨੂੰ ਤੁਸੀਂ ਜਿਸ ਸਾਈਡ ਨੂੰ ਮੂਵ ਕਰਨਾ ਚਾਹੁੰਦੇ ਮੂਵ ਹੋ ਜਾਏਗੀ ਇਹ ਆਸਾਨੀ ਨਾਲ। ਇਹਦਾ ਬਹੁਤ ਅੱਛਾ ਫੀਚਰ ਦਿੱਤਾ, ਕਿਉਂਕਿ ਡਰਾਈਵਰ ਭਰਾਵਾਂ ਨੂੰ ਬੜੇ ਗਰਦੇ ਦੀ ਬੜੀ ਦਿੱਕਤ ਆਉਂਦੀ ਹੈ ਜਦੋਂ ਕਟਾਈ ਹੁੰਦੀ ਹੈ, ਅਤੇ ਆਸਾਨੀ ਨਾਲ ਉਹਨੂੰ ਦੂਸਰੀ ਸਾਈਡ ਨੂੰ ਹਵਾ ਨੂੰ ਪਰਾਂ ਕਰਦੀ ਰਹੇਗੀ। ਫਿਰ ਉੱਪਰ ਆਪਾਂ ਫੀਡਰ ਦੀ ਗੱਲ ਕਰਦਾ ਮੈਂ ਇੱਕ ਵਾਰੀ ਤੁਹਾਡੇ ਨਾਲ, ਹੈਵੀ ਡਿਊਟੀ ਫੀਡਰ ਯੂਜ਼ ਕੀਤਾ ਗਿਆ ਇਹਦੇ ਵਿੱਚ, ਸਟੀਲ ਵੀ ਯੂਜ਼ ਕੀਤਾ ਗਿਆ ਹੈਗਾ, ਅਤੇ ਆਰਮੀਡੋਲ ਡਿਸਟ੍ਰੀਬਿਊਟਰ ਹੋ ਗਿਆ, ਕੈਬਿਨ ਹੋ ਗਿਆ, ਸਾਰੀ ਕੰਬਾਈਨ ਨੂੰ ਆਪਾਂ ਐਸ ਐਸ ਦੀ ਸੀਟ ਵੀ ਯੂਜ਼ ਕਰ ਰਹੇ ਹਾਂਗੇ, ਬਹੁਤ ਸਾਰੀ ਜਗ੍ਹਾ 'ਤੇ ਹੈਵੀ ਡਿਊਟੀ ਬਣਾ ਰਹੇ ਹਾਂ ਇਹਨੂੰ। ਹੁਣ ਮੈਂ ਕੈਬਨ ਦੇ ਬਾਰੇ ਐਕਸਪਲੇਨ ਕਰਦਾ ਤੁਹਾਨੂੰ ਇੱਕ ਵਾਰ ਉੱਪਰ ਤੋਂ ਜਾ ਕੇ, ਕਿ ਕੈਬਨ ਦੇ ਵਿੱਚ ਕੀ ਹੈ, ਗ੍ਰੇਨ ਟੈਂਕ ਦੇ ਉੱਪਰ ਕੀ ਫੀਚਰ ਨੇਗੇ, ਕਿਹੜੇ ਕਿਹੜੇ ਸੈਂਸਰ ਦਿੱਤੇ ਨੇ ਇਹਨੂੰ, ਸਾਰਾ ਇੱਕ ਵਾਰ ਆਪਾਂ ਬਰੀਫ 'ਚ ਇੱਕ ਵਾਰ ਉੱਪਰ ਜਾ ਕੇ ਵਿਊ ਲੈਂਦੇ ਹਾਂ ਇਹਦਾ। ਸਭ ਤੋਂ ਪਹਿਲਾਂ ਤੁਸੀਂ ਦੇਖੋ ਜਿਹੜਾ ਸਟੀਅਰਿੰਗ ਹੈ ਇਹਦਾ ਆਪਾਂ ਐਡਜਸਟੇਬਲ ਦੇਤਾ, ਇਹਨੂੰ ਤੁਸੀਂ ਆਸਾਨੀ ਨਾਲ ਅੱਗੇ ਪਿੱਛੇ ਮੂਵ ਕਰ ਸਕਦੇ ਹੋ, ਇਹਦੇ ਨਾਲ ਆਸਾਨੀ ਹੈ ਡਰਾਈਵਰ ਭਰਾਵਾਂ ਨੂੰ, ਸਾਰੇ ਦਿਨ 'ਚ ਕੀ ਉਹਨਾਂ ਦੀਆਂ ਬਾਹਾਂ ਥੱਕ ਜਾਂਦੇ ਨੇ ਚਲਾਉਂਦੀਆਂ ਦੀਆਂ, ਇਹਨੂੰ ਆਸਾਨੀ ਨਾਲ ਤੁਸੀਂ ਐਡਜਸਟ ਕਰ ਸਕਦੇ ਹੋ ਅੱਗੇ ਪਿੱਛੇ। ਜਿਹੜਾ ਆਰਮੀ ਡੋਲ ਹੈ ਜ਼ਿਆਦਾਤਰ ਕਮੈਂਡਾਂ ਦਾ ਕੀ ਹੈ, ਪਲੇਟਫਾਰਮ ਦੇ ਨੀਚੇ ਹੁੰਦਾ, ਆਪਾਂ ਇਹਨੂੰ ਉੱਪਰ ਲਿਆ, ਦੇਖੋ ਤੁਸੀਂ ਦੇਖ ਰਹੇ ਹੋ ਇਹ ਬਿਲਕੁਲ ਸਟੀਅਰਿੰਗ ਦੇ ਨਾਲ ਲਾਤਾ ਆਪਾਂ ਨੇ, ਇੱਥੇ ਉੱਪਰ ਆਉਣ ਨਾਲ ਕੀ ਇਹਦੀ ਹਾਈਟ ਵੱਧ ਗਈ, ਹਾਈਟ ਵਧੇਗੀ ਅਤੇ ਆਇਲ ਦਾ ਪ੍ਰੈਸ਼ਰ ਇਹਦਾ ਜਿਹੜਾ ਹੈਗਾ ਬਹੁਤ ਸਹੀ, ਮਤਲਬ ਜਿੰਨੇ ਵੀ ਪਾਈਪਾਂ ਨੂੰ ਡਿਸਟ੍ਰੀਬਿਊਟ ਹੁੰਦਾ ਹੈਗਾ ਬਿਲਕੁਲ ਸਹੀ ਹੋ ਰਿਹਾ, ਉੱਪਰੋਂ ਪ੍ਰੈਸ਼ਰ ਵਧੀਆ ਇਹਦਾ ਮੇਨਟੇਨ ਹੁੰਦਾ ਹੈਗਾ। ਫਿਰ ਤੁਸੀਂ ਆ ਜਾਓ ਜਿੱਦਾਂ ਇਹ ਕੈਬਨ ਹੈ, ਕੈਬਨ ਨੂੰ ਜਿਹੜੀ ਪਾਈਪ ਹੈ ਸਾਰੀ ਸੇਫਟੀ ਪਾਈਪ ਪੂਰੀ ਹੈਵੀ ਯੂਜ਼ ਕੀਤੀ ਗਈ ਹੈ, ਦੇਖੋ ਕਿਸੇ ਨੂੰ ਸੇਫਟੀ ਪਰਪਸ ਦੇ ਨਾਲ ਦੇਖੀਏ ਆਪਾਂ ਸਾਰੀ ਹੈਵੀ ਕੀਤੀ ਗਈ ਆ, ਕਿਉਂਕਿ ਪਾਈਪ ਨੇ ਕਿ ਟਾਹਣੇ ਟੂਹਣੇ ਨਾਲ ਲੱਗ ਜਾਂਦੀ, ਕੀ ਬਰਾ ਲਾਉਣ ਵਾਲਾ ਬੰਦਾ ਬਿਲਕੁਲ ਸੇਫ ਉੱਪਰ ਬੈਠਾ ਰਹੇਗਾ ਆਸਾਨੀ ਨਾਲ। ਖੁੱਲ੍ਹਾ ਕੈਬਨ ਹੈ, ਵੱਡਾ ਕੈਬਨ ਦਿੱਤਾ ਗਿਆ ਇਹਨੂੰ। ਫਿਰ ਇਹਦਾ ਪਲੇਟਫਾਰਮ ਹੈ, ਇੱਕ ਜਿਹੜਾ ਇਹਦਾ ਪੈਨਲ ਹੈ ਇਹ ਬੜਾ ਈਜ਼ੀਲੀ ਓਪਰੇਟ ਹੈ, ਬਿਲਕੁਲ ਡਰਾਈਵਰ ਸੀਟ ਦੇ ਕਲੋਜ਼ ਦਿੱਤਾ ਗਿਆ, ਕਿਉਂਕਿ ਆਸਾਨੀ ਨਾਲ ਉਹਨੂੰ ਮੂਵਮੈਂਟ ਲੈ ਸਕਣ, ਕੋਈ ਵਰਕਿੰਗ ਹੈ ਇੱਥੋਂ ਆਸਾਨੀ ਨਾਲ ਲੈਣਗੇ, ਸਾਰੇ ਲੀਵਰ ਹੋ ਗਏ,
ਇਹ ਸਵਿਚਿਜ ਹੋ ਗਏ, ਇੰਜਨ ਦੇ ਜਿਹੜੇ ਫੀਚਰ ਆ ਗਏ, ਇਹ ਲਾਈਟ ਦੇ ਫੀਚਰ ਹੋ ਗਏ ਸਾਰੇ, ਅਤੇ ਗੇਅਰ ਇਹਨੂੰ 5 ਗੇਅਰ ਬਕਸਾ ਵਿਸ਼ਾਲ ਯੂਜ਼ ਕਰ ਰਿਹਾ ਹੈਗਾ। ਕੰਡਕਟਰ ਦੇ ਬੈਠਣ ਲਈ ਅਲੱਗ ਤੋਂ ਸੀਟ ਦਿੱਤੀ ਗਈ ਹੈਗੀ, ਆਸਾਨੀ ਨਾਲ ਬੈਠ ਸਕਦਾ ਹੈਗਾ ਉੱਪਰ। ਅਤੇ ਸਾਈਡ ਮਿਰਰ ਦਿੱਤੇ ਗਏ ਨੇ ਪਿੱਛੋਂ ਆਸਾਨੀ ਨਾਲ ਕੋਈ ਮੂਵਮੈਂਟ ਹੋ ਰਹੀ ਹੈ, ਕੋਈ ਪਿੱਛੇ ਅੱਗੇ ਜੋ ਵੀ ਸਾਈਡ ਵਗੈਰਾ ਦੇਖਣੀ ਹੈ। ਬੈਕ 'ਚ ਵੀ ਫਰੰਟ 'ਚ ਵੀ ਸ਼ੀਸ਼ਾ ਦਿੱਤਾ ਗਿਆ ਹੈਗਾ ਇਸ ਚੀਜ਼ ਲਈ। ਅਤੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਜਿਹੜੀ ਦੱਸਣੀ ਚਾਹੁੰਦਾ, ਇਹਦੀ ਜਿਹੜੀ ਸੀਟ ਹੈ ਜਿਹਦੇ ਉੱਤੇ ਬੈਠਾ ਹੈਗਾ, ਇਹ ਵੀ ਐਡਜਸਟੇਬਲ ਹੈ ਤੁਹਾਡੀ, ਇਹ ਅਪ ਐਂਡ ਡਾਊਨ ਵੀ ਹੈ, ਅੱਗੇ ਪਿੱਛੇ ਵੀ ਹੈ। ਉਹ ਆਪਣੇ ਮੁਤਾਬਕ ਆਪਾਂ ਆਪਣੇ ਸਰੀਰ ਦੇ ਮੁਤਾਬਕ ਇਹਨੂੰ ਐਡਜਸਟ ਕਰ ਸਕਦੇ ਹਾਂ। ਦੇਖੋ ਇਹ 'ਚ ਵੀ ਐਡਜਸਟਮੈਂਟ ਦਿੱਤੀ ਗਈ ਹੈ ਸਾਰੀ, ਠੀਕ ਹੈ ਜੀ। ਇਹ ਅੱਗੇ ਪਿੱਛੇ ਵੀ ਹੈ, ਔਰ ਜਿਹੜੀ ਡਰਾਈਵਰ ਸੀਟ ਹੈ ਉਹ ਆਰਮ ਰੈਸਟ ਵਾਲੀ ਯੂਜ਼ ਕਰ ਰਹੇ ਹਾਂ ਕਿ ਆਪਾਂ ਕਈ ਵਾਰ ਰੋਡ ਦੇ ਉੱਪਰ ਜਾਣਾ ਗਾ, ਆਸਾਨੀ ਨਾਲ ਬੰਦਾ ਬੈਠ ਕੇ ਈਜ਼ੀਲੀ ਇਹਨੂੰ ਚਲਾ ਸਕੇ ਏਡਾ ਕੰਬਾਈਨ ਨੂੰ। ਇਹਦਾ ਗ੍ਰੇਨ ਟੈਂਕ ਹੈ, ਪੂਰਾ ਕਵਰ ਕੀਤਾ ਹੋਇਆ ਹੈਗਾ ਪਿੱਛੇ। ਇੱਥੋਂ ਕਿਸੇ ਨੇ ਜਾਣਾ ਹੈਗਾ ਇੰਜਨ ਦੇ ਉੱਪਰ ਵੀ, ਆਪਾਂ ਸਟੇਅਰ ਦਿੱਤੀ ਹੋਈ ਕਿ ਇੰਜਨ ਦੇ ਉੱਪਰ ਪੈਰ ਰੱਖ ਕੇ ਨਾ ਜਾਣਾ ਪਵੇ, ਪੂਰਾ ਸੇਫਟੀ ਨੂੰ ਧਿਆਨ 'ਚ ਰੱਖ ਕੇ ਆਪਾਂ ਸਟੇਅਰ ਦਿੱਤੀ ਹੋਈ ਹੈ। ਸੈਲੈਂਸਰ ਹੋ ਗਿਆ ਕਵਰ ਕੀਤਾ ਹੋਇਆ ਉੱਪਰੋਂ, ਜਿੰਨੇ ਸੈਂਸਰ ਨੇ ਇਹਦੇ ਸਾਰੇ ਕਵਰ ਕਰਤੇ ਆਪਾਂ ਉੱਪਰੋਂ। ਇਹਦਾ ਪਲੇਟ ਫਾਰਮੇਟ ਡਿਜ਼ਾਇਨ ਕੀਤਾ ਗਿਆ, ਦੇਖੋ ਤੁਸੀਂ ਹੁਣ ਆਪਾਂ ਉੱਪਰ ਬੈਠੇ ਬਿਲਕੁਲ ਆਸਾਨੀ ਨਾਲ ਫਿੰਗਰ ਤੋਂ ਲੈ ਕੇ ਰੀਲ ਸਾਰਾ ਕੁਛ ਆਪਾਂ ਨੂੰ ਦਿਖਾਈ ਦੇ ਰਿਹਾ ਆਸਾਨੀ ਨਾਲ। ਇੱਥੋਂ ਫੋਰਮੈਨ ਨੂੰ ਜਿਹੜੀ ਵਿਜੀਬਿਲਟੀ ਹੈ ਬੜੀ ਅੱਛੀ ਦਿੱਤੀ ਗਈ ਹੈ ਕੈਬਨ, ਉਸ ਹਿਸਾਬ ਨਾਲ ਡਿਜ਼ਾਇਨ ਕੀਤਾ ਇਹਦਾ, ਕਿਉਂਕਿ ਆਸਾਨੀ ਨਾਲ ਉਹ ਥੱਲੋਂ ਮਿੱਟੀ ਜਾਂ ਕੋਈ ਪੱਥਰ ਜਾਂ ਕੁਛ ਵੀ ਆਸਾਨੀ ਨਾਲ ਦੇਖ ਲੈਂਦੇ ਨੇ ਕਈ ਵਾਰ ਉੱਚੀ ਉੱਚੀ ਜਗ੍ਹਾ। ਪੂਰੀ ਐਡਜਸਟਮੈਂਟ ਦੇਖੋ, ਕੈਬਨ ਬੜਾ ਸੋਹਣਾ ਕੈਬਨ ਡਿਜ਼ਾਇਨ ਕੀਤਾ ਗਿਆ ਇਹਦਾ। ਦੇਖੋ ਤੁਸੀਂ ਮਿਊਜ਼ਿਕ ਸਿਸਟਮ ਵੀ ਆਪਾਂ ਦੇ ਰਹੇ ਹਾਂ ਇਹਦੇ ਵਿੱਚ, ਦੇਖੋ ਤੁਸੀਂ USB ਆ ਗਿਆ, USB ਆਪਰੇਟ ਆ ਗਿਆ, ਮਿਊਜ਼ਿਕ ਸਿਸਟਮ ਵੀ ਆਪਾਂ ਨਾਲ ਫਿੱਟ ਕਰਕੇ ਦੇ ਰਹੇ ਹਾਂਗੇ। ਬਹੁਤ ਅੱਛਾ ਕੁਆਲਿਟੀ ਦਾ ਮਿਊਜ਼ਿਕ ਸਿਸਟਮ ਆਪਾਂ ਇਹਦੇ ਨਾਲ ਦੇ ਰਹੇ ਹਾਂਗੇ। ਇੱਕ ਜਿਹੜਾ ਖਾਸੀਅਤ ਹੈ ਆਪਣੀ, ਆਪਾਂ ਡਬਲ ਪੈਡਲ ਬ੍ਰੇਕ ਯੂਜ਼ ਕਰਦੇ ਹਾਂ ਇਹਦੇ ਵਿੱਚ, ਟਰੈਕਟਰ ਦੀ ਤਰ੍ਹਾਂ ਦੇਖੋ ਬਿਲਕੁਲ, ਠੀਕ ਹੈ, ਟਰੈਕਟਰ ਦੀ ਤਰ੍ਹਾਂ ਡਬਲ ਪੈਡਲ ਬ੍ਰੇਕ ਹੈ। ਤੁਸੀਂ ਆਸਾਨੀ ਨਾਲ ਇਹਨੂੰ ਮੂਵ ਕਰ ਸਕਦੇ ਹੋ, ਕਿਤੋਂ ਵੀ ਛੋਟੇ ਤੋਂ ਛੋਟੇ ਪਲਾਟ ਦੇ ਵਿੱਚ ਵੀ ਆਸਾਨੀ ਨਾਲ ਇਹਨੂੰ ਚਲਾ ਸਕਦੇ ਹੋ। ਸਭ ਤੋਂ ਵੱਡੀਆਂ ਡਿਸਕਾਂ ਨੇਗੀਆਂ, ਜਿਹੜੀਆਂ ਡਿਸਕਾਂ ਯੂਜ਼ ਕਰਦੇ ਹਾਂ ਆਪਾਂ ਬ੍ਰੇਕਾਂ ਲਈ, ਸਭ ਤੋਂ ਵੱਡੀ ਡਿਸਕ ਯੂਜ਼ ਕਰਦੇ ਹਾਂ। ਉਹਦਾ ਫਾਇਦਾ ਇਹ ਹੈ, ਜਿਹੜੀ ਵੱਡੀ ਡਿਸਕ ਹੈ ਉਹ ਗਰਮ ਨਹੀਂ ਹੁੰਦੀ, ਠੰਡੀ ਰਹਿੰਦੀ ਹੈ। ਜ਼ਿਆਦਾਤਰ ਲੋਕ ਛੋਟੀ ਡਿਸਕ ਯੂਜ਼ ਕਰਦੇ ਨੇ, ਗਰਮ ਹੋ ਜਾਂਦੀ ਹੈ, ਉਹਦੇ ਨਾਲ ਕੀ ਆ ਅੱਗ ਲੱਗਣ ਦੇ ਚਾਂਸ ਬੜੇ ਵੱਧ ਜਾਂਦੇ ਨੇ। ਆਪਾਂ ਵੱਡੀ ਡਿਸਕ ਯੂਜ਼ ਕਰਦੇ ਹਾਂ ਜਿਹਦੇ ਨਾਲ ਕੀ ਉਹ ਠੰਡੀ ਰਹਿੰਦੀ ਹੈ ਚੱਲਦੇ ਹੋਏ, ਜਦੋਂ ਬਾਰ ਬਾਰ ਬ੍ਰੇਕ ਦੇਣੇ ਪੈਣਗੇ ਉਹ ਗਰਮ ਨਹੀਂ ਹੋਏਗੀ ਕਦੇ ਵੀ। ਕਟਰ ਬਾਅਦ ਨੂੰ ਆਪਾਂ ਨੇ ਸੇਫਟੀ ਗਾਰਡ ਵੀ ਦਿੱਤੇ ਹੋਏ ਨੇ, ਆ ਦੇਖੋ ਤੁਸੀਂ ਸੇਫਟੀ ਗਾਰਡ ਨੇਗੇ। ਇਹਦੇ ਨਾਲ ਕੀ ਹੈ, ਕਈ ਵਾਰ ਜਦੋਂ ਚੱਲਦੀ ਹੈ ਵਿੱਚ ਕੋਈ ਨੇੜੇ ਤੇੜੇ ਕੋਈ ਚੀਜ਼ ਹੁੰਦੀ ਹੈ, ਕਈ ਵਾਰ ਕੋਈ ਦਰਖਤ ਆ ਗਿਆ ਜਾਂ ਕੋਈ ਚੀਜ਼ ਕਿਸੇ ਦਾ ਹੱਥ ਜਾਂ ਕੋਈ, ਬਿਲਕੁਲ ਸੇਫ ਰੱਖਿਆ ਗਿਆ ਸੇਫਟੀ ਪਰਪਜ਼ ਨਾਲ, ਇਹਨੂੰ ਬਿਲਕੁਲ ਆਪਾਂ ਨੇ ਡਿਜ਼ਾਇਨ ਕੀਤਾ ਹੋਇਆ। ਇਹਦੇ ਕਟਰ ਦੀ ਇੱਕ ਖਾਸੀਅਤ ਹੋ ਰਿਹਾ, ਆਪਾਂ ਕਟਰ ਦੇ ਉੱਪਰ ਨੇ ਇਹਦੇ ਗੇਅਰ ਸਿਸਟਮ ਦਿੰਦੇ ਹਾਂਗੇ। ਦੇਖੋ ਕਟਰ ਦੇ ਉੱਪਰ ਵੀ ਗੇਅਰ ਸਿਸਟਮ ਦੇਤਾ, ਹੈਬਲ ਬਿਲਕੁਲ ਖਤਮ ਕਰਤੀ ਦੇਖੋ, ਜਿਹੜੀ ਪਹਿਲਾਂ ਆਉਂਦੀ ਹੁੰਦੀ ਸੀ। ਇਹ ਵੀ ਵਿਸ਼ਾਲ ਨੇ ਆਪਣੀ ਡਿਜ਼ਾਇਨ ਕੀਤੀ ਹੋਈ ਹੈ। ਜਿਹੜੇ ਰਿਮ ਨੇਗੇ ਇਹਦੇ, ਰਿਮਾਂ ਦੀ ਖਾਸੀਅਤ ਬੜੀ ਇਹਦੀ, ਜਿਹੜੀ ਇਹਦੀ ਕਲਰ ਹੈ ਉਹ ਵੱਡੀ ਕਲਰ ਹੈ, ਫੋਲਡਿੰਗ ਕਲਰ ਹੈ। ਦੇਖੋ ਫੋਲਡਿੰਗ ਕਲਰ ਦਿੱਤੀ ਗਈ ਇਹਨੂੰ। ਇਹਦੇ ਨਾਲ ਕੀ ਹੈ, ਕਈ ਵਾਰ ਟਾਇਰ ਜਦੋਂ ਆਪਾਂ ਰਿਪੇਸ ਕਰਦੇ ਹਾਂ ਜਾਂ ਚੇਂਜ ਕਰਦੇ ਹਾਂ, ਇਹਨੂੰ ਉਹ ਕੱਟ ਨਹੀਂ ਲੱਗਦਾ, ਛੋਟੀ ਕਲਰ ਵਾਲਾ ਰਿਮ ਯੂਜ਼ ਕਰਦੇ ਨੇ ਬਾਹਰ। ਉਹਦੇ ਨਾਲ ਕੀ, ਜਦੋਂ ਟਾਇਰ ਨੂੰ ਕੱਢਦੇ ਹਾਂ ਆਪਾਂ ਤਾਂ ਉਹ ਟਾਇਰ ਫਟ ਜਾਂਦਾ, ਉਹ ਚਾਂਸ ਬਹੁਤ ਜ਼ਿਆਦਾ ਰਹਿੰਦੇ ਨੇ। ਇਹਦੇ ਨਾਲ ਕੋਈ ਉਹ ਨਹੀਂ ਹੋਏਗਾ, ਇਹ ਬੜਾ ਸੇਫਟੀ ਲਈ ਦਿੱਤਾ ਗਿਆ ਟਾਇਰ ਦੇ ਲਈ। ਇੱਕ ਚੀਜ਼ ਹੋਰ ਤੁਹਾਨੂੰ ਮੈਂ ਦੱਸ ਦਿੰਦਾ, ਜਿਹੜਾ ਤਾਂ ਗੇਅਰ ਬਕਸ ਹੈਗਾ ਆਪਣਾ, ਹੈਵੀ ਡਿਊਟੀ ਵੱਡਾ ਗੇਅਰ ਬਕਸਾ ਯੂਜ਼ ਕਰਦੇ ਹਾਂਗੇ ਵਿਸ਼ਾਲ ਦੇ ਵਿੱਚ, 5 ਗੇਅਰ ਅਤੇ ਹੈਵੀ ਡਿਊਟੀ ਰਿਡਕਸ਼ਨ ਹਾਂਡੀਆਂ ਇਹਦੀਆਂ ਜਿਹੜੀਆਂ ਨੇ ਵੱਡੀਆਂ, ਵੱਡੇ ਸਾਈਜ਼ ਦੀਆਂ ਆਪਾਂ ਯੂਜ਼ ਕਰ ਰਹੇ ਹਾਂ, ਜਿਹਦੇ ਨਾਲ ਕੀ ਹੈ ਇਹਦੀ ਮਜ਼ਬੂਤੀ ਗ੍ਰਿਪਿੰਗ ਬਹੁਤ ਜ਼ਿਆਦਾ ਵੱਧ ਗਈ, ਰਿਪਲੇਸਮੈਂਟ ਨਹੀਂ ਹੈਗੀ। ਅਤੇ ਉਸ ਤੋਂ ਬਾਅਦ ਜਿਹੜੇ ਬ੍ਰੇਕ ਨੇ ਇਹਦੇ, ਡਿਸਕ ਬ੍ਰੇਕ, ਸਭ ਤੋਂ ਵੱਡੇ ਡਿਸਕ ਬ੍ਰੇਕ ਵਿਸ਼ਾਲ ਯੂਜ਼ ਕਰ ਰਹੇ ਆ। ਉਹਨਾਂ ਦਾ ਬੈਨੀਫਿਟ ਕਿਸਾਨ ਭਰਾਵਾਂ ਨੂੰ ਇਹ ਆ ਵੀ ਉਹ ਡਿਸਕਾਂ ਗਰਮ ਨਹੀਂ ਹੁੰਦੀਆਂ, ਠੰਡੀਆਂ ਰਹਿੰਦੀਆਂ ਨੇ। ਜ਼ਿਆਦਾਤਰ ਛੋਟੀ ਡਿਸਕ ਯੂਜ਼ ਕਰਨ ਦੇ ਨਾਲ ਕੀ ਆ, ਉਹ ਗਰਮ ਹੋ ਕੇ ਕਿਤੇ ਨਾ ਕਿਤੇ ਕੋਈ ਹਾਦਸਾ ਵਾਪਰਨ ਦੇ ਚਾਂਸ ਬਹੁਤ ਜ਼ਿਆਦਾ ਰਹਿੰਦੇ ਨੇਗੇ। ਉਹਦੇ ਕਾਰਨ ਆਪਾਂ ਵੱਡੀਆਂ ਡਿਸਕਾਂ ਯੂਜ਼ ਕਰਦੇ ਹਾਂ ਜਿਹੜੀਆਂ ਗਰਮ ਨਾ ਹੋਣ। ਦੇਖੋ ਇਹਦੇ ਜਿਹੜੇ ਸ਼ੀਲਡ ਨੇਗੇ, ਇਹਦੇ ਫੋਲਡਿੰਗ ਸ਼ੀਲਡ ਯੂਜ਼ ਕੀਤੇ ਗਏ ਨੇ। ਦੇਖੋ ਤੁਸੀਂ ਆਸਾਨੀ ਨਾਲ ਇਹਨੂੰ ਬੰਦ ਕਰ ਸਕਦੇ ਹੋ, ਜਿਹਦੇ ਉੱਤੇ ਪ੍ਰੋਪਰ ਬ੍ਰੈਂਡਿੰਗ ਆ ਰਹੀ ਹੈਗੀ,
ਵਿਸ਼ਾਲ 435 ਬ੍ਰਿਸਕ ਪਲੱਸ ਮਾਡਲ ਹੈ ਆਪਣਾ ਇਹ, ਜਿਹਦੀ ਬ੍ਰੈਂਡਿੰਗ ਨਾਲ ਆ ਰਹੀ ਹੈ। ਸੇਫਟੀ ਕਵਰ ਨੇ ਇਹ, ਬਾਰਿਸ਼ ਹੁੰਦੀ ਹੈ, ਡਸਟ ਹੁੰਦੀ ਹੈ, ਕੋਈ ਵੀ ਚੀਜ਼ ਜਾ ਕੇ ਬੈਲਟਾਂ ਗਰਾਰੀਆਂ ਜਾਂ ਸਾਰੇ ਦੇ ਉੱਤੇ ਉਹਦੇ ਉੱਤੇ ਬੜੀ ਸੇਫਟੀ ਲਈ ਰਹੇ, ਕਿਉਂਕਿ ਮਿੱਟੀ ਘੱਟਾ ਉਹਦੇ ਉੱਪਰ ਨਹੀਂ ਹੋਣ ਦਿੰਦੀ। ਦੇਖੋ ਫੋਲਡੇਬਲ ਨੇ ਵੀ, ਦੇਖੋ ਤੁਸੀਂ ਇਹ ਵੀ ਸਭ ਤੋਂ ਪਹਿਲੀ ਵਾਰਾਂ ਵਿਸ਼ਾਲ ਨੇ ਲਗਾਈਆਂ ਨੇ। ਜ਼ਿਆਦਾਤਰ ਮਸ਼ੀਨਾਂ ਕਿ ਅੱਜ ਤੱਕ ਵੀ ਖੁੱਲ੍ਹੀਆਂ ਹੁੰਦੀਆਂ ਨੇ, ਗਿਰਦੀਆਂ ਮਸ਼ੀਨਾਂ, ਇਹ ਵਿਸ਼ਾਲ ਨੇ ਲਾਏ ਨੇ ਸੇਫਟੀ ਪਰਪਸ ਦੇ ਲਈ ਲਾਏ ਨੇ। ਦੇਖੋ ਬੈਟਰੀ ਕਵਰ ਸੇਫ ਹੋ ਗਏ, ਅੰਦਰ ਹੋ ਗਏ, ਕੋਈ ਬੈਲਟ ਹੋ ਗਈ, ਗਰਾਰੀ ਹੋ ਗਈ, ਕਿਸੇ ਤਰ੍ਹਾਂ ਦਾ ਕੋਈ ਮਿੱਟੀ ਘੱਟਾ ਕਰਦਾ ਜਾਂ ਕੋਈ ਸੇਫਟੀ, ਕੋਈ ਚੱਲਦਿਆਂ ਕੋਈ ਹੱਥ ਆ ਗਿਆ ਕਿਸੇ ਦਾ, ਕੁਝ ਹੋ ਗਿਆ, ਉਹ ਸਭ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਸ਼ੀਲਡ ਕਵਰ ਇਹਨੂੰ ਦਿੱਤੇ ਗਏ ਨੇ। ਕਟਰ ਬਾਰ ਜਿੱਦਾਂ ਆ ਗਿਆ ਆਪਣਾ, ਉਹਦੇ ਵਿੱਚ ਜਿਹੜੇ ਬੈਰਿੰਗ ਨੇ ਗੇ, ਆਪਾਂ ਬਹੁਤ ਹੈਵੀ ਬੈਰਿੰਗ ਯੂਜ਼ ਕਰਦੇ ਹਾਂ, ਤੁਸੀਂ ਉਹਨੂੰ ਹਥੌੜਾ ਲੈ ਕੇ ਹੀ ਭੰਨੋਗੇ ਤਾਂ ਵੀ ਬੈਰਿੰਗ ਨਹੀਂ ਟੁੱਟਾਂ ਦੇ, ਕਿੱਡਾ ਮਜ਼ਬੂਤ ਬੈਰਿੰਗ ਯੂਜ਼ ਕੀਤਾ ਗਿਆ ਗਿਆ ਇਹਨੂੰ, ਸਭ ਤੋਂ ਹੈਵੀ ਵੱਡਾ ਬੈਰਿੰਗ ਮਜ਼ਬੂਤ। ਫਿਰ ਇਹਨੂੰ ਸਲਿਪ ਕਲੱਚ ਦਿੱਤਾ ਗਿਆ ਹੈਗਾ ਨਾਲ, ਇੱਥੇ ਹਾਈ ਟੈਂਪਰੇਚਰ ਦੰਦਿਆਂ ਵਾਲੀ ਬੈਲਟ ਪਾਈ ਗਈ ਹੈ, ਕਿਉਂਕਿ ਇਹਦੀ ਜਿਹੜੀ ਲਾਈਫ ਹੈ ਬੜੀ ਜ਼ਿਆਦਾ ਹੋਣੀ ਚਾਹੀਦੀ ਹੈ, ਇਹਦੇ ਉੱਤੇ ਬੜਾ ਪ੍ਰੈਸ਼ਰ ਰਹਿੰਦਾ ਬੈਲਟ ਦੇ ਉੱਪਰ। ਫਿਰ ਜਿਹੜਾ ਇਹਦਾ ਡਿਜ਼ਾਇਨ ਸੀਗਾ, ਕਰਬ ਸੀਗਾ, ਉਹ ਵਿਸ਼ਾਲ ਨੇ ਕੀਤਾ ਸਭ ਤੋਂ ਪਹਿਲੀ ਵਾਰ। ਹਾਈ ਕੁਆਲਿਟੀ ਚੇਨ ਅਤੇ ਹਾਈ ਕੁਆਲਿਟੀ ਹੀ ਗਰਾਰੀਆਂ ਸਾਰੀਆਂ ਯੂਜ਼ ਕਰਦੇ ਹਾਂ ਆਪਾਂ ਇਹਦੇ ਵਿੱਚ, ਅਤੇ ਜਿਹੜੀ ਬੈਲਟ ਹੈ ਜਿੰਨੀ ਯੂਜ਼ ਕਰਦੇ ਹਾਂ ਆਪਾਂ, ਬਹੁਤ ਅੱਛੀ ਕੁਆਲਿਟੀ ਦੀ, ਟੋਪ ਦੀ ਕੁਆਲਿਟੀ ਦੀ ਬੈਲਟ ਹੈ, ਵਿਦ ਜਿੰਨੀ ਬੈਲਟ ਹੈ ਵਿਸ਼ਾਲ ਦੀ ਬ੍ਰੈਂਡਿੰਗ ਦੇ ਨਾਲ ਆਪਾਂ ਇਹਦੇ ਉੱਤੇ ਯੂਜ਼ ਕਰਦੇ ਹਾਂ। ਇੱਕ ਟੈਂਕ ਦੀ ਖਾਸੀਅਤ ਤੁਹਾਨੂੰ ਦੱਸ ਦਿੰਦਾ ਮੈਂ, ਜਿਹੜਾ ਵਿਸ਼ਾਲ ਹੈ 435 ਟੈਂਕ, ਜਦੋਂ ਆਪਾਂ ਨੇ ਖਾਲੀ ਕਰਨਾ, ਇੱਕ ਮਿੰਟ ਦੇ ਵਿੱਚ ਟੈਂਕ ਖਾਲੀ ਕਰ ਦਿੰਦੀ ਹੈ, ਬੜੀ ਸਪੀਡ ਹੈ ਇਹਦੀ ਦੇਖੋ ਟੈਂਕ ਖਾਲੀ ਕਰਨ ਦੀ। ਇਹ ਵੀ ਕਿਤੇ ਨਾ ਕਿਤੇ ਜਦੋਂ ਟਾਈਮ ਕਾਊਂਟ ਕਰਦੇ ਹਾਂ ਆਪਾਂ ਖੇਤ ਵਿੱਚ ਚੱਲਦੇ ਹੋਏ, ਸਮਾਂ ਬਚਾਉਂਦੀਆਂ ਨੇ ਇਹ ਚੀਜ਼ਾਂ। ਦੇਖੋ ਕਿਸਾਨ ਭਰਾਵਾਂ ਦਾ, ਨਹੀਂ ਤਾਂ ਮਸ਼ੀਨਾਂ ਦੋ ਦੋ ਢਾਈ ਢਾਈ ਮਿੰਟ ਟੈਂਕ ਖਾਲੀ ਨਹੀਂ ਕਰਦੀਆਂ, ਫਿਊਲ ਦਾ ਖਰਚਾ ਵੱਧ ਜਾਂਦਾ ਅਤੇ ਟੈਂਕ ਖਾਲੀ ਨਾ ਹੋਣਾ, ਸਮੇਂ ਦੀ ਬਰਬਾਦੀ ਵੀ ਆਓ। ਉਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਇਹਨੂੰ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਆਪਣਾ। ਕਿਸਾਨ ਵੀਰੋ, ਜਿੱਦਾਂ ਕਿ ਤੁਸੀਂ ਦੇਖਿਆ ਕਿ ਸੁਖਮੀਤ ਸਰ ਨੇ ਵਿਸ਼ਾਲ 435 ਕੰਬਾਈਨ ਦੇ ਫੁੱਲ ਰਿਵਿਊ ਬਾਰੇ ਦੱਸਿਆ, ਯਾਨੀ ਕਿ ਇਹਦੇ ਫੀਚਰ ਕੀ ਨੇ ਉਹਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਪ੍ਰੋਵਾਈਡ ਕੀਤੀ ਗਈ ਹੈ, ਅਤੇ ਵਾਕਈ 'ਚ ਇਹ ਕੰਬਾਈਨ ਕਿਸਾਨ ਭਰਾਵਾਂ ਲਈ ਫੁੱਲ ਪੈਸਾ ਵਸੂਲ ਹੈ। ਜੋ ਮੇਰੇ ਕਿਸਾਨ ਵੀਰ ਇਸ ਮਸ਼ੀਨ ਨੂੰ ਲੈਣਾ ਚਾਹੁੰਦੇ ਨੇ ਜਾਂ ਇਹਦੀ ਪ੍ਰਾਈਸਿੰਗ ਬਾਰੇ ਜਾਣਨਾ ਚਾਹੁੰਦੇ ਨੇ ਤਾਂ ਉਹ ਸਾਹਮਣੇ ਦਿੱਤੇ ਗਏ ਨੰਬਰਾਂ 'ਤੇ ਸੰਪਰਕ ਕਰ ਸਕਦੇ ਨੇ। ਅਸੀਂ ਫਿਰ ਮਿਲਾਂਗੇ ਅਗਲੀ ਵੀਡੀਓ 'ਚ, ਜਿਹਦੇ ਵਿੱਚ ਅਸੀਂ ਫਿਰ ਕੰਬਾਈਨ ਮਸ਼ੀਨਰੀ ਬਾਰੇ ਰਿਵਿਊ ਲੈ ਕੇ ਆ ਰਹੇ ਹਾਂ। ਤਦ ਤੱਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ। ਧੰਨਵਾਦ।